ਸਾਹਿਬ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਜੋ ਆਪ ਜੀ ਨੂੰ ਪਹਿਲੀ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਸੋ ਅੱਜ ਫਿਰ ਦੂਸਰੀ ਵੀਡੀਓ ਵਿੱਚ ਇੱਕ ਸੰਭਵ ਜਿਹੀ ਕੋਸ਼ਿਸ਼ ਆਪ ਜੀ ਦੇ ਸਨਮੁੱਖ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 1699 ਵਿਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਂਹ ਰੱਖ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਕੀਤੀ। ਖਾਲਸਾ ਪੰਥ ਸਾਜਿਆ, ਇੱਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਣਾ ਕੀਤੀ ਜਿੱਥੇ ਜਾਤ ਪਾਤ ਵਰਣ ਵੰਡ ਅਤੇ ਉੱਚ ਨੀਚ ਦੀ ਕੋਈ ਥਾਂ ਨਹੀਂ ਸੀ। ਇਹ ਇੱਕ ਨਵੇਂ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਸੀ, ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫਲਸਫੇ ਨੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਕੌਮੀ ਏਕਤਾ ਦਾ ਆਧਾਰ ਬਣ ਗਈ। ਵੱਖੋ ਵੱਖ ਜਾਤੀਆਂ ਧਰਮ ਦੇ ਕਿੱਤਿਆਂ ਦੇ ਲੋਕਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ। ਇਖਲਾਕੀ ਦੇ ਅਧਿਆਤਮਿਕ ਤੌਰ 'ਤੇ ਉੱਚਾ ਕਰਨ ਲਈ ਕੁਝ ਰਹਿਤਾਂ ਅਤੇ ਕੁਰਹਿਤਾਂ ਨਿਯਤ ਕੀਤੀਆਂ। ਸੰਸਾਰਕ ਤੌਰ 'ਤੇ ਮਜ਼ਬੂਤ ਹੋਣ ਲਈ ਕਿਰਪਾਨ ਧਾਰਨ ਕਰਨ ਇੱਕ ਜ਼ਰੂਰੀ ਅੰਗ ਬਣਾ ਦਿੱਤਾ। ਉਹਨਾਂ ਦੇ ਦਿਲਾਂ ਵਿੱਚੋਂ ਡਰ ਅਤੇ ਹੀਣਤਾ ਦੀ ਭਾਵਨਾ ਦੂਰ ਕਰਨ ਲਈ ਅਕਾਲ ਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟੱਲ ਵਿਸ਼ਵਾਸ ਪੈਦਾ ਕੀਤਾ ਜੋ ਵੱਡਿਆਂ ਵੱਡਿਆਂ ਹਕੂਮਤਾਂ ਨੂੰ ਕੁਚਲਣ ਦੀ ਸ਼ਕਤੀ ਰੱਖਦਾ ਹੋਵੇ। ਉਹਨਾਂ ਦੇ ਆਚਰਣ ਨੂੰ ਉੱਚੀ ਮਿਆਰ 'ਤੇ ਰੱਖਣ ਲਈ 5 ਕਕਾਰਾਂ, 4 ਕੁਰਹਿਤਾਂ, 5 ਬਾਣੀਆਂ ਦਾ ਪਾਠ ਸੱਚੀ ਸੁੱਚੀ ਕਿਰਤ ਕਰਕੇ ਵੰਡ ਕੇ ਛਕਣ ਅਤੇ ਸਿਮਰਨ ਕਰਨ ਦਾ ਹੁਕਮ ਦਿੱਤਾ। ਕੁਰਬਾਨੀ ਦੇਣ ਦੇ ਨਾਲ ਨਾਲ ਉਹਨਾਂ ਲਈ ਉੱਤਮ ਕਿਸਮ ਦੇ ਸੰਸਕਾਰ ਅਤੇ ਆਦਰਸ਼ ਵੀ ਕਾਇਮ ਕੀਤੇ। 5 ਪਿਆਰਿਆਂ ਨੂੰ ਪੁੱਤਰਾਂ ਤੋਂ ਵੱਧ ਪਿਆਰ ਕੀਤਾ, ਪਹੁਲ ਦਿੱਤੀ, ਆਪਣਾ ਨਾਮ ਦਿੱਤਾ, ਪੁੱਤਰ ਬਣਾਇਆ, ਪੁਰਾਣੀ ਕੁਲ ਨਾਸ਼, ਵਰਣ ਨਾਸ਼, ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ। ਉਹਨਾਂ ਤੋਂ ਹੀ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਗੋਬਿੰਦ ਰਾਏ ਤੋਂ ਆਪ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ। ਏਕ ਪਿਤਾ ਏਕਸ ਕੇ ਹਮਬਾਰਕ, ਖਾਲਸੇ ਨੂੰ ਆਪਣਾ ਰੂਪ, ਆਪਣਾ ਇਸ਼ਟ, ਸਰਦ ਆਪਣਾ ਪਿੰਡ ਪ੍ਰਾਣ, ਸਤਿਗੁਰੂ ਪੂਰਾ ਅਤੇ ਸੱਜਣ ਸੂਰਾ ਕਹਿ ਕੇ ਨਿਵਾਜਿਆ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋਂ ਕਰੋ ਨਿਵਾਸ। ਇਸ ਦਿਨ 5 ਪਿਆਰਿਆਂ ਤੋਂ ਬਾਅਦ ਲੱਖਾਂ ਨੇ ਅੰਮ੍ਰਿਤ ਛਕਿਆ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ। ਗੁਰੂ ਸਾਹਿਬ ਦਾ ਇਹ ਇੱਕ ਐਸਾ ਮਹਾਨ ਕਾਰਨਾਮਾ ਸੀ ਜਿਸ ਨੇ ਮੁਰਦਾ ਕੌਮ ਵਿੱਚ ਰੂਹ ਫੂਕ ਦਿੱਤੀ। ਸੋਈ ਹੋਈ ਹਿੰਦੁਸਤਾਨ ਦੀ ਮਿੱਟੀ ਵਿੱਚੋਂ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਸ ਨੇ ਦੇਸ਼ ਅਤੇ ਕੌਮ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਸਿੱਖਾਂ ਨੂੰ ਉਸ ਮੰਜ਼ਿਲ 'ਤੇ ਪਹੁੰਚਾ ਦਿੱਤਾ ਜਿੱਥੇ ਦੁਸ਼ਮਣਾਂ ਦੀਆਂ ਲੱਖਾਂ ਕੋਸ਼ਿਸ਼ਾਂ ਵੀ ਹਿਲਾ ਨਾ ਸਕਦੀਆਂ। ਰਾਜੇ ਮਹਾਰਾਜਿਆਂ ਨੂੰ ਵੀ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ, ਪਰ ਉਹ ਜਾਤ ਪਾਤ ਨਸਲ ਗੋਤ ਕੁੱਲ ਤੋਂ ਉੱਪਰ ਨਹੀਂ ਉੱਠ ਸਕੇ। ਉਹਨਾਂ ਨੇ ਆਪਣੀ ਐਸ਼ਪ੍ਰਸਤੀ ਅਤੇ ਆਜ਼ਾਦੀ ਦਾ ਸੌਖਾ ਰਾਹ ਚੁਣਿਆ। ਰਾਜੇ ਮਹਾਰਾਜਿਆਂ ਅਤੇ ਉੱਚੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਅਤੇ ਵਿਦਰੋਹ ਸਮਝਿਆ। ਨੀਵੀਆਂ ਜਾਤੀਆਂ ਦੇ ਬਰਾਬਰ ਖੜ੍ਹਾ ਕਰਨਾ ਉਹਨਾਂ ਕੋਲੋਂ ਸਹਿਣ ਨਹੀਂ ਹੋ ਸੀ ਸਕਿਆ। ਇਹੀ ਕਾਰਨ ਹੈ ਕਿ
ਇੱਕ ਕੌਮੀ ਅਤੇ ਅਧਿਆਤਮਕ ਜਦੋਂ ਜਹਿਦ ਵਿੱਚ ਜਿੰਨੀਆਂ ਰੁਕਾਵਟਾਂ ਅਤੇ ਮੁਸ਼ਕਲਾਂ ਰਾਜਿਆਂ ਮਹਾਰਾਜਿਆਂ ਨੇ ਖੜੀਆਂ ਕੀਤੀਆਂ, ਮੁਗਲ ਹਕੂਮਤ ਨੇ ਵੀ ਨਹੀਂ ਖੜੀਆਂ ਕੀਤੀਆਂ। ਖਾਲਸਾ ਪੰਥ ਨੇ ਉਹਨਾਂ ਸਾਰੀਆਂ ਗੱਲਾਂ ਦਾ ਡਟ ਕੇ ਵਿਰੋਧ ਕੀਤਾ ਜਿਸ ਨੇ ਭਾਰਤੀ ਸਮਾਜ ਨੂੰ ਉਸਾਰਿਆ ਗਿਆ ਸੀ, ਜਿਨ੍ਹਾਂ ਨੂੰ ਧਰਤੀ ਦੇ ਕੀੜਿਆਂ ਵਾਂਗੂੰ ਰੇਂਗਣ ਦਾ ਹੁਕਮ ਸੀ, ਘੋੜਿਆਂ 'ਤੇ ਚੜ੍ਹਨ ਦੀ ਮਨਾਹੀ ਸੀ, ਉਹਨਾਂ ਨੂੰ ਸਹਿ ਸਵਾਰ ਬਣਾ ਦਿੱਤਾ, ਜਿਨ੍ਹਾਂ ਨੂੰ ਘਰ ਵਿੱਚ ਕਦਮ ਰੱਖਣ ਦੀ ਆਗਿਆ ਨਹੀਂ ਸੀ ਉਹਨਾਂ ਦੇ ਹੱਥ ਤਲਵਾਰਾਂ ਪਕੜਾ ਦਿੱਤੀਆਂ, ਜਿਨ੍ਹਾਂ ਨੀਵੀਆਂ ਜਾਤਾਂ ਦੀ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ। ਮੰਦਰਾਂ ਵਿੱਚ ਜਾਣਾ ਤਾਂ ਇੱਕ ਪਾਸੇ, ਮੰਦਰਾਂ ਦੇ ਆਸ ਪਾਸ ਵੀ ਜਾਣ ਦੀ ਮਨਾਹੀ ਸੀ। ਉਹਨਾਂ ਨੂੰ ਸੰਗਤ ਅਤੇ ਪੰਗਤ ਵਿੱਚ ਬੈਠਣ ਦੀ ਆਜ਼ਾਦੀ ਦੇ ਦਿੱਤੀ। ਔਰੰਗਜ਼ੇਬ ਨੇ ਜਦ ਮੰਦਰਾਂ ਵਿੱਚ ਸੰਖ ਵਜਾਉਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਉਣ ਦੀ ਪਰੰਪਰਾ ਸ਼ੁਰੂ ਕਰ ਦਿੱਤੀ। ਜਦ ਉਸਨੇ ਸੰਗੀਤ ਅਤੇ ਰਾਗ ਦੀ ਮਨਾਹੀ ਕੀਤੀ ਤਾਂ ਕਵੀਆਂ, ਢਾਡੀਆਂ, ਰਾਗੀਆਂ ਅਤੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ। ਸੰਸਕ੍ਰਿਤ ਪਾਠਸ਼ਾਲਾ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਲਈ ਬਨਾਰਸ ਭੇਜ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਆਪਣੇ ਕੋਲ ਇੱਕ ਖੰਡਾ ਰੱਖਣ ਦਾ ਹੁਕਮ ਦਿੱਤਾ ਅਤੇ ਬੰਗਾਰ ਕੇ ਕਿਹਾ ਕਿ ਲੋੜ ਪਵੇ ਇਸ ਨੂੰ ਗੱਡ ਲਵੋ। ਦੇਖੋ ਕਿਸ ਦੀ ਹਿੰਮਤ ਪੈਂਦੀ ਹੈ ਇਸ ਅੱਗੇ ਸਿਰ ਚੁੱਕਣ ਦੀ। ਅਗਰ ਫਿਰ ਵੀ ਕੋਈ ਚੁੱਕੇ ਤਾਂ ਗਰਦਨ ਲਾ ਦਿਓ। ਸੰਤਾਂ ਅਤੇ ਸ਼ਹੀਦਾਂ ਦੀ ਇਸ ਧਾਰਮਿਕ ਸੰਪਰਦਾ ਨੇ ਹੌਲੀ ਹੌਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ। ਜੋ ਸਿਪਾਹੀ ਤਾਂ ਬਣੇ ਪਰ ਸੰਤਾਂ ਵਾਲੇ ਗੁਣ ਨਹੀਂ ਛੱਡੇ। ਉਹਨਾਂ ਨੇ ਆਪਣੇ ਸਿੱਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ, ਸੰਸਕਾਰ ਵੀ ਦਿੱਤੇ। ਸਮਾਜ ਸੇਵਾ ਨੂੰ ਇੱਕ ਰੂਹਾਨੀ ਤਰੱਕੀ ਵਾਸਤੇ ਮੁੱਢਲੀ ਸ਼ਰਤ ਬਣਾ ਦਿੱਤਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਤੇ ਕਾਬੂ ਪਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਜਾਤ ਪਾਤ ਦੀਆਂ ਸੰਸਥਾਵਾਂ ਉੱਤੇ ਉੱਚੇ ਨੀਵੇਂ ਰੁਤਬੇ, ਮਰਦ ਇਸਤਰੀ ਵਿੱਚ ਨਾ ਬਰਾਬਰੀ, ਧਾਰਮਿਕ ਅਤੇ ਸਿਆਸੀ ਜਬਰ ਦੇ ਖਿਲਾਫ ਜੱਦੋ ਜਹਿਦ ਕਰਨ ਦੀ ਹਿੰਮਤ ਅਤੇ ਤਾਕਤ ਬਖਸ਼ੀ। ਸ਼ਕਤੀ, ਸੰਕਲਪ ਅਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿੱਤੀ। ਮਨੁੱਖ ਦੀ ਸੰਪੂਰਨ ਆਜ਼ਾਦੀ ਸਿੱਖ ਲਹਿਰ ਦਾ ਨਿਸ਼ਾਨਾ ਬਣ ਗਿਆ, ਜਿਸ ਨੇ ਮੁਗਲ ਹਕੂਮਤ ਦੇ ਹਰ ਜ਼ੁਲਮ ਦਾ ਡਟ ਕੇ ਵਿਰੋਧ ਕੀਤਾ। ਲੋੜ ਪਈ ਤਾਂ ਕੁਰਬਾਨੀਆਂ ਵੀ ਦਿੱਤੀਆਂ, ਜਿਸ ਵਿੱਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ ਲੜਾਈ ਦੇ ਮੈਦਾਨ ਵਿੱਚ ਛੋਟੇ ਖੰਡੇ ਵਾਹੇ। ਦੋ ਛੋਟੇ ਪੁੱਤਰਾਂ ਨੇ ਸਰਹੰਦ ਦੀਆਂ ਨੀਹਾਂ ਵਿੱਚ ਧਰਮ ਬਦਲਣ ਦੀ ਬਜਾਏ ਸ਼ਹੀਦੀ ਨੂੰ ਤਰਹੀਜ ਦਿੱਤੀ। ਬੰਦਾ ਬਹਾਦਰ ਦਾ 4 ਸਾਲ ਦਾ ਪੁੱਤ ਸ਼ਹੀਦ ਹੋਇਆ ਅਤੇ ਇਸ ਤੋਂ ਬਾਅਦ ਹੋਰ ਕਿਤਨੇ ਹੀ ਬੱਚੀ ਬੱਚਿਆਂ ਨੇ ਅਹਿਕ ਅਤੇ ਅਸਹਿਕ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ। ਭੈ ਕਾਹੂ ਕੋ ਦੇਤ ਨਹਿ ਪਹਿਮਾਨਤ ਆਨ। ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿੱਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿੱਤਾ, ਰਾਜਸੀ ਉੱਨਤੀ ਦਾ ਸਾਧਨ ਬਣਾ ਦਿੱਤਾ, ਜਿਸ ਕਰਕੇ ਸਿੱਖ ਜੋ ਸਦੀਆਂ ਤੋਂ ਸੱਚੇ ਸੁੱਚੇ ਮਨੁੱਖ ਬਣਨ ਵੱਲ ਪ੍ਰਗਤੀ ਕਰ ਰਹੇ ਸੀ, ਨਿਰੇ ਸਿਪਾਹੀ ਬਣ ਕੇ ਰਹਿ ਗਏ।
ਕਈ ਲੋਕ ਜਿਨ੍ਹਾਂ ਨੇ ਇਤਿਹਾਸ ਨੂੰ ਠੀਕ ਤਰ੍ਹਾਂ ਪੜ੍ਹਿਆ ਨਹੀਂ ਜਾਂ ਜਾਣ ਬੁੱਝ ਕੇ ਗੁਰੂ ਸਾਹਿਬ ਦੀ ਤੁਲਨਾ ਮਹਾਰਾਜਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਸਨ, ਸੱਚਮੁੱਚ ਉਹਨਾਂ ਦੀ ਸੋਚ ਅਤੇ ਮਾਨਸਿਕ ਉਡਾਰੀ 'ਤੇ ਬੜਾ ਅਫਸੋਸ ਹੁੰਦਾ ਹੈ। ਉਹਨਾਂ ਨੂੰ ਬਹੁਤ ਢੁਕਵਾਂ ਅਤੇ ਮੂੰਹ ਤੋੜਵਾਂ ਜਵਾਬ ਅਰਵਿੰਦੂ ਕੋਸ਼ ਨੇ ਆਪਣੀ ਪੁਸਤਕ ਫਾਊਡਰੇਸ਼ਨ ਆਫ ਇੰਡੀਆ ਕਲਚਰ ਵਿੱਚ ਦਿੱਤਾ ਹੈ ਕਿ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਅਤੇ ਨਿਰਾਲੀ ਸਿਰਜਣਾ ਹੈ। ਸੀ ਐੱਚ ਪੈਨ ਲਿਖਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਜਿਨ੍ਹਾਂ ਨੇ ਜਾਤ ਪਾਤ ਦੇ ਦੈਂਤ ਨੂੰ ਸਿੰਘਾਂ ਤੋਂ ਪਕੜ ਕੇ ਕਾਬੂ ਕੀਤਾ, ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ 'ਤੇ ਇੱਕ ਹੋਵੇ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿੱਚ ਐਸੀ ਰੂਹ ਫੂਕੀ ਜਿਸ ਨੇ ਨਾ ਸਿਰਫ ਸਿੱਖਾਂ ਦੇ ਤਨ ਮਨ ਨੂੰ ਬਦਲ ਦਿੱਤਾ, ਉਹਨਾਂ ਦੀ ਅਕਲ ਸ਼ਕਲ ਹਿੰਮਤ ਅਤੇ ਤਾਕਤ ਸਭ ਕੁਝ ਬਦਲ ਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾਇਆ ਜਿਨ੍ਹਾਂ ਦੀ ਹਸਤੀ ਰਾਹ ਚੱਲਦੇ ਕੀੜਿਆਂ ਤੋਂ ਵੱਧ ਕੇ ਨਹੀਂ ਸੀ, ਗਲੇ ਨਾਲ ਲਗਾਇਆ, ਅੰਮ੍ਰਿਤ ਛਕਾ ਕੇ ਸਰਦਾਰ ਬਣਾਇਆ। ਬਸ ਇੱਥੇ ਹੀ ਨਹੀਂ, ਉਹਨਾਂ ਤੋਂ ਆਪ ਅੰਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ। ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ, ਉਸਦਾ ਨੀਂਹ ਪੱਥਰ ਵੀ ਗੁਰੂ ਜੀ ਨੇ ਗੁਰੂ ਕੇ ਖਾਲਸੇ ਨੇ ਹੀ ਰੱਖਿਆ। ਜ਼ਾਲਮਾਂ ਨੂੰ ਪੰਜਾਬ ਤੋਂ ਸਦਾ ਲਈ ਕੱਢ ਦਿੱਤਾ ਅਤੇ ਸਦੀਆਂ ਦਾ ਜ਼ੁਲਮੀ ਰਾਜ ਖਤਮ ਕਰ ਦਿੱਤਾ। ਜਿਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਿੱਖ ਕੌਮ ਵਿੱਚ ਫੂਕੀ ਹੈ, ਉਹ ਦੁਨੀਆ ਦੀ ਇੱਕ ਅਨੋਖੀ ਮਿਸਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਲਤਾੜੇ ਲੋਕਾਂ ਨੂੰ ਸਰਦਾਰ ਅਤੇ ਸੂਰਮੇ ਬਣਾ ਦਿੱਤਾ। ਇਹਨਾਂ ਲਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇੱਕ ਆਵਾਜ਼ 'ਤੇ ਬੰਦੂਕਾਂ ਅੱਗੇ ਪਹਿਲਾਂ ਪਾਉਂਦੇ ਨਜ਼ਰ ਆਉਂਦੇ, ਮੋਰ ਬੱਦਲ ਦੇਖ ਕੇ ਪਹਿਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ 'ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿੱਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ ਉਸ ਅੱਗੇ ਪਹਿਲਾਂ ਪਾਉਣੀਆਂ ਅਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦਾ ਹੀ ਕਮਾਲ ਸੀ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਹਨਾਂ ਦੇ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਅਤੇ ਧਾਰਮਿਕ ਉੱਚਤਾ ਤੋਂ ਸਾਰੀ ਦੁਨੀਆ ਹੀ ਬਹੁਤ ਪ੍ਰਭਾਵਿਤ ਹੈ। ਪਰ ਉਹਨਾਂ ਦੀ ਸੂਝਬੂਝ ਅਤੇ ਜਥੇਬੰਦਕ ਅਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਬੰਨ ਸੁਬੰਨੇ ਜਾਤੀ ਦੇ ਲੋਕਾਂ ਵਿੱਚੋਂ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ ਅਤੇ ਪੁਜਾਰੀ ਬਣ ਗਏ। ਉਹ ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸਕ ਵਿੱਚ ਇਹ ਇੱਕ ਲਾਸਾਨੀ ਅਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਜਿਨ੍ਹਾਂ ਸੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ
ਦੁਰਕਾਰਿਆ ਅਤੇ ਫਿਟਕਾਰਿਆ ਵੀ ਜਾਂਦਾ ਸੀ ਜੋ ਗੁਲਾਮੀ ਅਤੇ ਜ਼ਿੱਲਤ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ। ਉਹਨਾਂ ਨੂੰ ਸੰਸਾਰ ਦੇ ਮਹਾਂਯੋਧਿਆਂ ਦੀਆਂ ਕਤਾਰਾਂ ਵਿੱਚ ਖੜ੍ਹਾ ਕਰ ਦਿੱਤਾ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ ਸੋਚਣ ਦਾ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਕੰਮ ਸੀ, ਜਿਹੜਾ ਕੰਮ ਸੂਰਜ ਅਤੇ ਚੰਦਰਵੰਸ਼ੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁਝਿਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਨੇ ਕੁਝ ਉਪਰਾਲੇ ਤਾਂ ਕੀਤੇ, ਪਰ ਉਹ ਵੀ ਮੁਸਲਮਾਨਾਂ ਵਿੱਚੋਂ ਗੁਲਾਮੀ ਦਾ ਬਦ ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫਰ। ਗੁਰੂ ਗੋਬਿੰਦ ਸਿੰਘ ਜੀ ਜਾਦੂਈ ਤਾਕਤ ਸੀ। ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ 'ਤੇ ਹੋਇਆ, ਜਿਸ ਨੇ ਲਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ, ਜਿਨ੍ਹਾਂ ਨੂੰ ਉੱਚ ਜਾਤੀ ਦੇ ਲੋਕ ਜਨਮ ਤੋਂ ਦੁਰ ਦੁਰ ਕਰਦੇ ਆ ਰਹੇ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂੰਹਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਕੇ ਨਿਬੜੇ, ਅਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਅਤੇ ਵਫ਼ਾਦਾਰੀ ਅੱਗੇ ਕਿਸੇ ਆਗੂ ਨੂੰ ਮਾਯੂਸ ਨਹੀਂ ਹੋਣਾ ਪਿਆ। ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਜੀ ਸਮੇਂ ਫਲ ਲੱਗੇ, ਉਸ ਦੀ ਬਿਜਾਈ ਗੁਰੂ ਨਾਨਕ ਨੇ ਸਿੰਚਾਈ ਬਾਕੀ ਗੁਰੂਆਂ ਨੇ ਕਰ ਛੱਡੀ ਸੀ। ਜੇ ਅਸੀਂ ਗਹੁ ਨਾਲ ਇਤਿਹਾਸ ਪੜ੍ਹੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਰੱਖ ਦਿੱਤੀ ਸੀ ਜਦ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਅਰਜਨ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸਿੱਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਥਾਂ ਹੀ ਕੁਝ ਵੱਖਰੀ ਹੈ, ਪਰ ਇੱਕ ਨਹੀਂ, ਦੋ ਨਹੀਂ, ਦਸ ਨਹੀਂ, ਲੱਖਾਂ ਕਰੋੜਾਂ ਗੈਰ ਸਿੱਖ ਸਿਰਫ ਹਿੰਦੁਸਤਾਨੀ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਲੇਖਕਾਂ, ਇਤਿਹਾਸਕਾਰਾਂ, ਵਿਦਵਾਨਾਂ, ਖੁੱਲ੍ਹੀ ਸੋਚ ਰੱਖਣ ਵਾਲੇ ਇਨਸਾਨਾਂ ਅਤੇ ਵੱਡੇ ਵੱਡੇ ਹੁਕਮਰਾਨਾਂ ਨੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਨਾਮੇ ਦੀ ਅੱਜ ਵੀ ਸਲਾਂਘਾ ਕਰਦੇ ਨਤਮਸਤਕ ਹੋ ਕੇ ਸ਼ਰਧਾ ਨਾਲ ਸਿਰ ਝੁਕਾ ਲੈਂਦੇ ਹਨ। ਮਹਾਨ ਫੌਜੀ ਜਰਨੈਲ, ਉਹ ਇੱਕ ਨਿਡਰ ਮਹਾਨ ਫੌਜੀ ਜਰਨੈਲ ਅਤੇ ਭਾਰੀ ਜਥੇਬੰਦੀ ਸੂਝਬੂਝ ਸ਼ਕਤੀ ਦੇ ਮਾਲਕ ਵੀ ਸਨ। ਦੱਬੇ ਕੁਚਲੇ ਲੋਕਾਂ ਨੂੰ, ਜਿਨ੍ਹਾਂ ਨੂੰ ਸਿਰ ਚੁੱਕ ਕੇ ਚੱਲਣ ਦਾ ਹੁਕਮ ਨਹੀਂ ਸੀ, ਜਥੇਬੰਦ ਕਰਕੇ ਉਹਨਾਂ ਦੇ ਹੱਥ ਵਿੱਚ ਤਲਵਾਰ ਪਕੜਾ ਦੇਣੀ, ਵੱਡੀਆਂ ਵੱਡੀਆਂ ਤਾਕਤਾਂ ਨਾਲ ਮੁਕਾਬਲਾ ਕਰਨਾ, ਹਿੰਦੁਸਤਾਨ ਦੀ ਰੂੰਦ ਖੂੰਦ ਵਿੱਚੋਂ ਐਸੇ ਯੋਧੇ ਪੈਦਾ ਕਰਨੇ ਜੋ ਸਿਰ ਤਲੀ 'ਤੇ ਧਰ ਕੇ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ, ਕੋਈ ਛੋਟੀ ਗੱਲ ਨਹੀਂ।
ਆਪ ਜੀ ਨੇ ਫੌਜ ਦੇ ਹਰ ਸਿੱਖ ਨੂੰ ਆਪ ਜੀ ਦੀ ਅਗਵਾਈ ਤੇ ਜਿੱਤ ਤੇ ਪੂਰਾ ਭਰੋਸਾ ਹੁੰਦਾ, ਜਿਸ ਕਰਕੇ ਉਹ ਆਪ ਜੀ ਦੀ ਇੱਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ, ਚਾਹੇ ਉਹ ਪੰਘਾਣੀ ਦਾ ਯੁੱਧ ਹੋਵੇ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਜਾਂ ਮੁਕਤਸਰ ਦੀ ਲੜਾਈ। ਹਰ ਸਿੱਖ ਆਪਣੇ ਅੰਦਰ ਕੌਮੀ ਜਜ਼ਬਾ ਲੈ ਕੇ ਅੱਗੇ ਵੱਧ ਵੱਧ ਕੇ ਲੜਦਾ। ਗੁਰੂ ਗੋਬਿੰਦ ਸਿੰਘ ਜੀ ਇੱਕ ਪੁੱਜੇ ਹੋਏ ਜਰਨੈਲ ਸਨ, ਉਹਨਾਂ ਦੀਆਂ ਸਾਰੀਆਂ ਜਿੱਤਾਂ ਸਿਆਣਪ ਅਤੇ ਸੂਝ ਨਾਲ ਦਾ ਨਤੀਜਾ ਸੀ। ਮੁਗਲ ਹਕੂਮਤ ਅਜਿੱਤ ਹੈ, ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨਿਯਤ ਕੀਤੀਆਂ, ਜਿੱਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ, ਦੁਸ਼ਮਣ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ। ਸਤਲੁਜ ਤੋਂ ਪਾਰ ਕਿਲੇ ਲੋਹਗੜ੍ਹ, ਹੋਲਗੜ੍ਹ, ਨਿਰਮੋਹਗੜ੍ਹ ਅਤੇ ਦੋ ਦਰਿਆ ਦੇ ਵਿਚਕਾਰ ਕੁਝ ਫਾਸਲੇ 'ਤੇ ਉੱਤੇ ਫਤਿਹਗੜ੍ਹ, ਆਨੰਦਗੜ੍ਹ ਅਤੇ ਕੇਸਗੜ੍ਹ ਉਸਾਰੇ। ਗੁਰੂ ਸਾਹਿਬ ਨੇ ਇੱਕੋ ਪਹਿਰਾਵਾ, ਇੱਕੋ ਨਹਿਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇੱਕੋ ਜਿਹੇ ਹਕੂਕ, ਇੱਕ ਪੂਜਾ ਸਥਾਨ, ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਣ ਦੀ ਪਰੰਪਰਾ, ਇੱਕੋ ਜਿਹੀ ਰਹਿਤ ਅਤੇ ਇੱਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕੱਠਾ ਕੀਤਾ, ਸਭ ਨੂੰ ਨਾ ਟੁੱਟਣ ਵਾਲੀ ਏਕਤਾ ਵਿੱਚ ਪਰੋ ਦਿੱਤਾ, ਜੀਵਨ ਜੀਣ ਦਾ ਵੱਲ ਸਿਖਾ ਦਿੱਤਾ, ਸਿੱਖਾਂ ਨੂੰ ਸ਼ਸਤਰ ਬਣ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ, ਜਿਸ ਨਾਲ ਹਿੰਦੁਸਤਾਨ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ। ਇਸ ਤੋਂ ਪਹਿਲਾਂ ਕੋਈ ਐਸੀ ਕੌਮ ਨਹੀਂ ਸੀ ਦੇਖੀ ਜਿਸ ਵਿੱਚ ਨੀਵੀਂ ਜਾਤ ਦੇ, ਜਿਨ੍ਹਾਂ ਦਾ ਵਜੂਦ ਉੱਚੀਆਂ ਜਾਤਾਂ ਦੇ ਪੈਰਾਂ ਦੀ ਧੂੜ ਤੋਂ ਸਿਵਾ ਕੁਝ ਨਾ ਹੋਵੇ, ਜਿਸ ਨੇ ਕਦੀ ਨੰਗੀ ਕਰਦ ਹੱਥ ਵਿੱਚ ਨਾ ਪਕੜੀ ਹੋਵੇ। ਇੱਕ ਬਹਾਦਰ ਕੌਮ ਹੀ ਨਹੀਂ ਬਣੀ ਬਲਕਿ ਦੂਸਰਿਆਂ ਲਈ ਆਪਾ ਬਰਨ ਵਿੱਚ ਵੀ ਸਭ ਤੋਂ ਮੋਹਰੇ ਸੀ। ਉਹਨਾਂ ਦੀ ਆਵਾਜ਼ ਵਿੱਚ ਇਤਨੀ ਤਾਕਤ ਸੀ ਕਿ ਪੰਘਾਣੀ ਦੇ ਯੁੱਧ ਵਿੱਚ ਜਦੋਂ 500 ਪਠਾਨ ਜੋ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਵਾਏ ਸੀ, ਉਹਨਾਂ ਵਿੱਚੋਂ 400 ਪਠਾਨ ਰਾਜਿਆਂ ਦੀ ਇੰਨੀ ਵੱਡੀ ਫੌਜ ਦੇਖ ਕੇ ਘਬਰਾ ਗਏ ਅਤੇ ਗੁਰੂ ਸਾਹਿਬ ਦਾ ਸਾਥ ਛੱਡ ਗਏ, ਜਿਸ ਨਾਲ ਸਿੱਖ ਫੌਜ ਦੇ ਹੌਂਸਲੇ ਵੀ ਢਹਿ ਢੇਰੀ ਹੋ ਗਏ। ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਨੇ ਇੱਕ ਜਾਦੂ ਐਲਾਨ ਨੇ ਸਿੱਖਾਂ ਵਿੱਚ ਐਸਾ ਜੋਸ਼ ਭਰਿਆ ਕਿ ਉਹ ਆਪਾ ਮਾਰਨ ਲਈ ਤਿਆਰ ਹੋ ਗਏ। ਜਿਨ੍ਹਾਂ ਨੇ ਕਦੀ ਨੰਗੀ ਕਰਦ ਨੂੰ ਹੱਥ ਵਿੱਚ ਨਹੀਂ ਸੀ ਪਕੜਿਆ, ਵੈਰੀਆਂ ਦੇ ਅਜਿਹੇ ਆਹੂ ਲਾਹੇ ਕਿ ਉਹ ਵੀ ਤਰਹਿ ਤਰਹਿ ਕਰ ਉੱਠੇ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੇ 700 ਮਰੀਦ, ਚਾਰੋ ਪੁੱਤਰ, ਭਰਾ, ਭਤੀਜਿਆਂ ਸਮੇਤ ਲੜਾਈ ਵਿੱਚ ਆ ਪਹੁੰਚੇ ਅਤੇ ਐਸੇ ਜੌਹਰ ਦਿਖਾਏ ਕਿ ਦੁਸ਼ਮਣ ਲੜਾਈ ਦਾ ਮੈਦਾਨ ਛੱਡ ਕੇ ਨੱਸ ਗਏ। ਇਹ ਸੀ ਉਹ ਸਾਹਿਬੇ ਕਮਾਲ ਦੇ ਬੋਲਾਂ ਦੀ ਸ਼ਖਸੀਅਤ ਦਾ ਅਸਰ। ਇੱਕ ਵਾਰੀ ਦਰਬਾਰ ਲੱਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਪਿੰਡ ਦੇ ਚੌਧਰੀ ਡੱਲੇ ਨਾਲ ਸ਼ੁਰੂ ਹੋਈ। ਡੱਲੇ ਨੇ ਕਿਹਾ ਕਿ ਅਗਰ ਤੁਸੀਂ ਮੈਨੂੰ ਸੱਦ ਲੈਂਦੇ ਤਾਂ ਤੁਹਾਨੂੰ ਅਨੰਦਪੁਰ ਦਾ ਕਿਲ੍ਹਾ ਨਾ ਛੱਡਣਾ ਪੈਂਦਾ। ਮੇਰੇ ਆਦਮੀ ਇਹੋ ਜਿਹੇ ਸੂਰਮੇ ਹਨ ਕਿ ਬੈਰੀਆਂ ਨੂੰ ਘੋੜੇ ਸਮੇਤ ਚੁੱਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਅਤੇ ਕਿਹਾ, ਕੋਈ ਨਹੀਂ, ਬੜੇ ਮੌਕੇ ਆਉਣਗੇ। ਇੱਕ ਦਿਨ ਗੁਰੂ ਸਾਹਿਬ ਨੇ ਲੜਕ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਂਟ ਕੀਤੀ।
ਗੁਰੂ ਸਾਹਿਬ ਨੇ ਡੱਲੇ ਦੀ ਫੌਜ ਦਾ ਜਾਇਜ਼ਾ ਲੈਣਾ ਕੀਤਾ। ਡੱਲੇ ਨੂੰ ਕਿਹਾ, ਉਸ ਦਿਨ ਤੂੰ ਆਖ ਰਿਹਾ ਸੀ ਮੇਰਾ ਸੂਰਮੇ ਮੌਤ ਤੋਂ ਨਹੀਂ ਡਰਦੇ, ਅਸਾਂ ਨੇ ਬੰਦੂਕ ਦਾ ਜਾਇਜ਼ਾ ਲੈਣਾ ਹੈ, ਦੇਖਦੇ ਹਾਂ ਕਿ ਛਾਤੀ ਵਿੱਚ ਇਹ ਕਿਤਨਾ ਵੱਡਾ ਜ਼ਖਮ ਕਰਦੀ ਹੈ, ਨਿਸ਼ਾਨਾ ਕਿੱਦਾਂ ਦਾ ਹੈ। ਆਪਣੇ ਕਿਸੇ ਇੱਕ ਨੌਜਵਾਨ ਨੂੰ ਸੱਦੋ। ਬੜੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕੋਈ ਵੀ ਨੌਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ ਕਿ ਹੁਣ ਤੂੰ ਹੀ ਖੜ੍ਹਾ ਹੋ ਜਾ, ਡੱਲੇ ਦਾ ਵੀ ਚਲਦੀ ਗੋਲੀ ਦੇ ਸਾਹਮਣੇ ਖੜ੍ਹੇ ਹੋਣ ਦਾ ਹੱਠ ਨਾ ਪਿਆ। ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਨੇਹਾ ਭੇਜਿਆ, ਵੀਰ ਸਿੰਘ ਅਤੇ ਪੀਰ ਸਿੰਘ ਪਿਓ ਪੁੱਤ ਆਪਸ ਵਿੱਚ ਬਹਿਸ ਕਰਦੇ ਆ ਰਹੇ ਹਨ। ਪੁੱਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ, ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ, ਗੋਲੀ ਮੇਰੇ ਸੀਨੇ ਵਿੱਚ ਮਾਰੋ। ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ, ਮੇਰੀ ਉਮਰ ਬੀਤ ਚੁੱਕੀ ਹੈ, ਮੇਰੇ ਸੀਨੇ ਵਿੱਚ ਗੋਲੀ ਮਾਰੋ। ਗੁਰੂ ਸਾਹਿਬ ਨੇ ਕਿਹਾ ਤੁਸੀਂ ਦੋਨੋਂ ਹੀ ਖੜ੍ਹੇ ਹੋ ਜਾਓ। ਗੁਰੂ ਸਾਹਿਬ ਨੇ ਬੈਰਲ ਕਦੀ ਇੱਧਰ ਕਰ ਦਿੰਦੇ ਕਦੀ ਉੱਧਰ, ਦੋਨੋਂ ਪਿਓ ਪੁੱਤਰ ਨਿਸ਼ਾਨੇ ਅੱਗੇ ਆਉਣ ਲਈ ਅੱਗੇ ਪਿੱਛੇ ਹੁੰਦੇ ਰਹਿੰਦੇ। ਇਹ ਦੇਖ ਕੇ ਡੱਲਾ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ ਬੜਾ ਸ਼ਰਮਿੰਦਾ ਹੋਇਆ। ਇਹ ਸ਼ਰਧਾ ਅੱਜ ਵੀ ਅਤੇ ਸਦੀਆਂ ਤੱਕ ਰਹੇਗੀ ਖਾਲੀ। ਇਸ ਨੂੰ ਹੱਲਾਸ਼ੇਰੀ ਦੀ ਇਹ ਅਤੇ ਇੱਕ ਹੋਣਹਾਰ ਆਗੂ ਦੀ ਲੋੜ ਹੈ। ਕਹਿੰਦੇ ਹਨ ਕਿ ਜਦੋਂ ਲਾਹੌਰ ਸੁਮਨ ਬੁਰਜ ਦੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜਮਾਨ 'ਤੇ ਹਮਲਾ ਕੀਤਾ ਤਾਂ ਕਿਸੇ ਵੀ ਫਲੀਸ ਨੂੰ ਤੋੜਨ ਲਈ ਭੰਗੀ ਮਿਸਲ ਤੋਂ ਇੱਕ ਖਾਸ ਤੋਪ ਮੰਗਵਾਈ ਗਈ, ਜਿਸ ਦੇ 20-21 ਗੋਲਿਆਂ ਨਾਲ ਫਲੀਸ ਟੁੱਟਣੀ ਸੀ ਅਤੇ ਮਸਾਂ 3 ਗੋਲੇ ਚੱਲੇ ਤਾਂ ਤੋਪ ਦਾ ਇੱਕ ਪਹੀਆ ਟੁੱਟ ਗਿਆ। ਹਫੜਾ ਦਫੜੀ ਮੱਚ ਗਈ, ਨਾ ਤੋਪ ਨੂੰ ਠੀਕ ਕਰਾਉਣ ਦਾ ਵਕਤ ਸੀ ਨਾ ਸਹੂਲੀਅਤ। ਆਖਿਰ ਇਹ ਫੈਸਲਾ ਹੋਇਆ ਕਿ ਵਾਰੀ ਵਾਰੀ ਇੱਕ ਇੱਕ ਫੌਜੀ ਆਪਣੇ ਕੰਧੇ 'ਤੇ ਪਹੀਏ ਦਾ ਕੰਮ ਚਲਾਵੇਗਾ, ਪਰ ਇਹ ਤੈਅ ਸੀ ਕਿ ਕੰਧਾ ਦੇਣ ਵਾਲਾ ਬੰਦਾ ਗੋਲਾ ਚੱਲਣ 'ਤੇ ਤੁੰਬਾ ਤੁੰਬਾ ਹੋ ਜਾਵੇਗਾ। ਇੱਥੇ ਇੱਕ ਪਠਾਣਾ ਦਾ ਸੂਈਆ ਵੀ ਸੀ ਜੋ ਸਿੱਖ ਦਾ ਭੇਸ ਬਦਲ ਕੇ ਪਠਾਣਾ ਨੂੰ ਖਬਰ ਪਹੁੰਚਾਉਂਦਾ ਸੀ। ਪਹੀਆ ਟੁੱਟਣਾ ਉਸ ਦਾ ਹੱਲ ਅਤੇ ਸਿੰਘਾਂ ਦੇ ਸ਼ੋਰ ਸ਼ਰਾਬੇ ਦੀ ਆਵਾਜ਼ ਸੁਣ ਕੇ ਸੋਚਣ ਲੱਗਾ ਕਿ ਕਹਿਣਾ ਬੜਾ ਆਸਾਨ ਹੈ, ਪਰ ਜਦ ਕਰਨ ਦਾ ਵਕਤ ਆਇਆ ਤਾਂ ਭਗਦੜ ਮੱਚ ਗਈ ਹੈ। ਸੋਚਦਾ ਸੋਚਦਾ ਉਹ ਉਸ ਥਾਂ 'ਤੇ ਪਹੁੰਚ ਗਿਆ ਜਿੱਥੇ ਸਿੱਖ ਆਪਸ ਵਿੱਚ ਲੜ ਰਹੇ ਸਨ। ਪਹਿਲੇ ਕੰਧਾ ਮੈਂ ਦਿਆਂਗਾ, ਪਹਿਲੇ ਮੈਂ ਦੇਖ ਕੇ ਹੈਰਾਨ ਹੋ ਗਿਆ, ਅੱਖਾਂ ਤਰ ਹੋ ਗਈਆਂ। ਸਿੱਖਾਂ ਦਾ ਜੋਸ਼ ਦੇਖ ਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ, ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ, ਇਹਨਾਂ ਦੀਆਂ ਕੁਰਬਾਨੀਆਂ ਨੂੰ ਕੌਣ ਲਿਖੇਗਾ। ਇੰਨੇ ਨੂੰ ਸਿੱਖਾਂ ਦਾ ਜਥੇਦਾਰ ਆਇਆ, ਉਸਨੇ ਸਭ ਨੂੰ ਚੁੱਪ ਕਰਾਇਆ ਅਤੇ ਪੁੱਛਿਆ ਕਿ ਤੁਹਾਡਾ ਜਥੇਦਾਰ ਕੌਣ ਹੈ। ਸਿੱਖਾਂ ਨੇ ਕਿਹਾ ਕਿ ਤੁਸੀਂ ਤਾਂ, ਉਸਨੇ ਕਿਹਾ ਕਿ ਪਹਿਲਾਂ ਹੱਕ ਮੇਰਾ ਹੈ ਕੰਧਾ ਦੇਣ ਦਾ, ਉਹ ਸਭ ਤੋਂ ਅੱਗੇ ਖੜ੍ਹੇਗਾ, ਅਤੇ ਉਸਨੇ ਪਿੱਛੇ 15-20 ਜਾਣਿਆਂ ਦੀ ਬਾਕੀ ਲਾਈਨ ਸੀ। ਇਹ ਸੀ ਸਿੱਖਾਂ ਦੀ ਸੋਚ ਦਾ ਮਿਆਰ ਅਤੇ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਅਸਰ। ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤੱਕ ਲੋਕਾਂ ਨੂੰ ਸਮਾਜਿਕ ਅਤੇ ਅਧਿਆਤਮਿਕ ਉਪਦੇਸ਼ ਦਿੱਤੇ, ਬਾਕੀ ਸਾਰੀ ਜ਼ਿੰਦਗੀ ਉਹ ਮਾਨਵ ਸੁਤੰਤਰਤਾ ਲਈ ਜੱਦੋਜਹਿਦ ਕਰਦੇ ਰਹੇ, ਜੂਝਦੇ ਰਹੇ, ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ, ਮਜ਼ਲੂਮਾਂ ਗਰੀਬਾਂ ਅਤੇ ਇਨਸਾਫ ਦੀ ਰੱਖਿਆ ਕਰਨ ਲਈ ਅਨੇਕ ਕੁਰਬਾਨੀਆਂ ਕੀਤੀਆਂ, ਪਰ ਨਿਸ਼ਚਿਤ ਆਦਰਸ਼ਾਂ ਤੋਂ ਮੂੰਹ ਨਹੀਂ ਮੋੜਿਆ।
ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬੱਚਿਆਂ ਦੀ ਮੈਦਾਨੇ ਜੰਗ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ ਉਹ ਹਮੇਸ਼ਾ ਹੀ ਅਡੋਲ ਰਹੇ ਅਤੇ ਹਰ ਕੁਰਬਾਨੀ ਦੇ ਬਾਅਦ ਰੱਬ ਦਾ ਸ਼ੁਕਰ ਮਨਾਉਂਦੇ ਰਹੇ। ਅਵਤਾਰ ਪੈਗੰਬਰਾਂ ਰਸੂਲਾਂ ਵਿੱਚ ਕੋਈ ਵੀ ਐਸਾ ਸਾਬਰ ਨਹੀਂ ਹੋਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿੱਚ ਸ਼ਹੀਦ ਹੋਣ ਲਈ ਤੋਰਿਆ ਹੋਵੇ, ਸ਼ਹੀਦ ਕਰਵਾਏ, ਇੱਕ ਹੰਝੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ। ਇਸ ਲਈ ਕਿ ਬੱਚੇ ਆਪਣੇ ਧਰਮ ਦੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁੱਤਰਾਂ ਨੂੰ ਵਾਰ ਕੇ ਦੇਸ਼ ਵਾਸੀਆਂ ਨੂੰ ਰੂਹ ਨੂੰ ਪੁਨਰ ਜੀਵਿਤ ਕੀਤਾ ਹੋਵੇ। ਇਹ ਭਗਤੀ ਅਤੇ ਸ਼ਕਤੀ ਦੇ ਸੁਮੇਲ ਦੀ ਇੱਕ ਹੱਦ ਹੈ। ਸਾਰੇ ਰਹਿਬਰਾਂ ਵਿੱਚ ਸਾਹਿਬ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਰਗਾ ਸਬਰ ਸਿਦਕ ਸਹਿਜ ਅਡੋਲਤਾ ਦਾ ਮੁਜੱਸਮਾ ਅਜੇ ਤੱਕ ਕੋਈ ਨਹੀਂ ਹੋਇਆ। ਅਨੇਕਾਂ ਦੇਸ਼ੀ ਵਿਦੇਸ਼ੀ ਵੱਖ ਵੱਖ ਧਰਮਾਂ ਵਿਸ਼ਵਾਸਾਂ ਭਾਸ਼ਾਵਾਂ ਦੇ ਲੇਖਕਾਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਉਹਨਾਂ ਦੀ ਮਹਾਨਤਾ ਦੀ ਅਨੋਖੀ ਅਜੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿੱਘੇ ਸਤਿਕਾਰ ਦਾ ਪ੍ਰਗਟਾਵਾ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹੇ ਹਨ ਅਤੇ ਅਗਾਂਹ ਵੀ ਇਸੇ ਹੀ ਤਰ੍ਹਾਂ ਕਰਦੇ ਰਹਿਣਗੇ। ਗੁਰੂ ਸਾਹਿਬ ਨੇ ਕਿਸੇ ਵੀ ਜਿੱਤ ਮਗਰੋਂ ਕਿਸੇ ਦੀ ਜਗ੍ਹਾ 'ਤੇ ਕਬਜ਼ਾ ਨਹੀਂ ਕੀਤਾ, ਨਾ ਕੋਈ ਨਿੱਜੀ ਲਾਭ ਉਠਾਇਆ, ਨਾ ਦੌਲਤ ਲੁੱਟੀ, ਨਾ ਕਿਸੇ ਨੂੰ ਬੰਦੀ ਬਣਾਇਆ, ਕਿਸੇ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ, ਨਾ ਕਰਵਾਇਆ। ਉਹਨਾਂ ਦੀ ਲੜਾਈ ਦੀਆਂ ਸ਼ਰਤਾਂ ਵੀ ਦੁਨੀਆਂ ਤੋਂ ਵੱਖਰੀਆਂ ਸਨ। ਕਿਸੇ 'ਤੇ ਪਹਿਲੇ ਹੱਲਾ ਨਹੀਂ ਬੋਲਣਾ, ਕਿਸੇ 'ਤੇ ਪਹਿਲੇ ਵਾਰ ਨਹੀਂ ਕਰਨਾ, ਭਗੌੜੇ ਦੇ ਪਿੱਛੇ ਨਹੀਂ ਭੱਜਣਾ, ਜ਼ਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਣ, ਪਾਣੀ ਪਿਲਾਉਣ ਦੇ ਨਾਲ ਮਰਮ ਪੱਟੀ ਵੀ ਕਰਨਾ। ਇਹ ਖਾਲੀ ਸਿਪਾਹੀ 'ਤੇ ਨਹੀਂ ਹੋ ਸਕਦਾ, ਸੰਤ ਸਿਪਾਹੀ ਹੀ ਹੋ ਸਕਦਾ ਹੈ। ਉਹ ਚਾਹੁੰਦੇ ਤਾਂ ਰਾਜਿਆਂ ਅਤੇ ਮੁਗਲ ਹਕੂਮਤ ਨਾਲ ਸੁਲ੍ਹਾ ਕੁੱਲ ਦੀ ਨੀਤੀ ਅਪਣਾ ਕੇ ਆਰਾਮ ਦੀ ਜ਼ਿੰਦਗੀ ਬਸਰ ਕਰ ਸਕਦੇ ਸਨ, ਪਰ ਉਹਨਾਂ ਨੇ ਔਖਾ ਰਾਹ ਚੁਣਿਆ ਜਿਸ ਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ। ਆਪਣੇ ਪਿਤਾ ਨੂੰ ਕੁਰਬਾਨ ਕੀਤਾ, ਪੁੱਤਰਾਂ ਨੂੰ, ਹਜ਼ਾਰਾਂ ਪਿਆਰੇ ਸਿੱਖਾਂ ਨੂੰ ਆਪਣੀ ਅੱਖੀਂ ਸ਼ਹੀਦ ਹੁੰਦਿਆਂ ਵੇਖਿਆ, ਅਨੰਦਪੁਰ ਸਾਹਿਬ ਨੂੰ ਛੱਡ ਕੇ ਸਰਸਾ, ਚਮਕੌਰ ਅਤੇ ਮਾਛੀਵਾੜੇ ਦੀਆਂ ਔਕੜਾਂ ਦਾ ਮੁਕਾਬਲਾ ਕਰਦੇ ਜਦ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਉਹ ਵੀ ਚੜ੍ਹਦੀ ਕਲਾ ਵਿੱਚ, ਜਿਸ ਨੂੰ ਪੜ੍ਹ ਕੇ ਹਿੰਦੁਸਤਾਨ ਦਾ ਪੱਥਰ ਦਿਲ ਬਾਦਸ਼ਾਹ ਵੀ ਕੰਬ ਉੱਠਿਆ। ਧਰਮ ਦਾ ਕੰਮ ਹੈ ਕਿ ਮਨੁੱਖ ਨੂੰ ਸਹੀ ਢੰਗ ਨਾਲ ਜ਼ਿੰਦਗੀ ਜਿਉਣਾ ਸਿਖਾਏ। ਸਿੱਖ ਧਰਮ ਮਨੁੱਖ ਨੂੰ ਆਪਣੀ ਜ਼ਿੰਦਗੀ ਨਾਲ ਜੋੜਦਾ ਹੈ ਅਤੇ ਸਿੱਖ ਜ਼ਿੰਦਗੀ ਮਨੁੱਖ ਨੂੰ ਧਰਮ ਨਾਲ। ਅਗਰ ਇਹਨਾਂ ਦੋਨਾਂ ਨੂੰ ਅੱਡ ਅੱਡ ਕਰ ਦਿੱਤਾ ਜਾਏ ਤਾਂ ਨਾ ਧਰਮ ਵਿਕਸਿਤ ਹੋ ਸਕਦਾ ਹੈ, ਨਾ ਇਨਸਾਨ। ਸਿੱਖ ਧਰਮ ਨੇ ਮਨੁੱਖ ਨੂੰ ਸਮਾਜ ਵਿੱਚ ਪੈਦਾ ਹੋਈਆਂ ਬੁਰਾਈਆਂ, ਔਕੜਾਂ ਅਤੇ ਜੱਦੋ ਜਹਿਦ ਵਿੱਚੋਂ ਭੱਜਣਾ ਨਹੀਂ ਸਿਖਾਇਆ, ਸਗੋਂ ਟਾਕਰਾ ਕਰਨਾ ਸਿਖਾਇਆ ਹੈ। ਅਤੇ ਇਹ ਧਰਮ ਦੀ ਸਿਖਰ ਨੂੰ ਛੂਹਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਜਦੋਂ ਧਰਮ ਨੇ ਸਭ ਨੂੰ ਸੁੱਖ ਸ਼ਾਂਤੀ ਦੇਣੀ ਸੀ, ਆਪਸ ਦੇ ਝਗੜੇ ਕਿ ਮੇਰਾ ਰੱਬ ਚੰਗਾ ਹੈ, ਮੇਰਾ ਰੱਬ ਚੰਗਾ ਹੈ ਕਹਿ ਕੇ ਆਪਸ ਵਿੱਚ ਵੰਡੀਆਂ ਪੈ ਗਈਆਂ। ਰੱਬ ਦੇ ਨਾਵਾਂ 'ਤੇ ਧਰਮਾਂ ਕਰਕੇ ਲੋਕ ਲੜਦੇ ਰਹੇ। ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਕਹਿ ਕੇ ਰੱਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿੱਤਾ।
ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਬੇਹੱਦ ਪਿਆਰ ਕਰਦੇ ਸੀ। ਪਤਾ ਨਹੀਂ ਸੀ ਚੱਲਦਾ ਕਿ ਸਿੱਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿੱਖਾਂ ਦੇ। ਉਹਨਾਂ ਦੇ ਬੋਲ ਇਤਨੇ ਮਿੱਠੇ ਅਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿੱਚ ਵੀ ਜਾਨ ਪੈ ਦਿੰਦੇ ਸੀ। ਬਖਸ਼ਿਸ਼ਾਂ ਇਤਨੀਆਂ ਕਰਦੇ ਸੀ ਕਿ ਕਰ ਕਰਕੇ ਉਹਨਾਂ ਦਾ ਆਪਾ ਹੀ ਮਾਰ ਦਿੰਦੇ ਸੀ। ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਤਾਂ ਹੀ ਉਹ ਆਪਣੇ ਸਿੱਖਾਂ ਨੂੰ ਵੀ ਰੱਜ ਕੇ ਪਿਆਰ ਕਰਦੇ ਸੀ। ਜਦੋਂ ਚਮਕੌਰ ਦੀ ਗੜੀ ਵਿੱਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿੱਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ। ਜਦ ਭਾਈ ਦਇਆ ਸਿੰਘ ਦੀ ਨਜ਼ਰ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਲਾਸ਼ 'ਤੇ ਪਈ ਤਾਂ ਉਹਨਾਂ ਦਾ ਦਿਲ ਕੀਤਾ ਕਿ ਆਪਣੀ ਦਸਤਾਰ ਅੱਧੀ ਅੱਧੀ ਕਰਕੇ ਦੋਨਾਂ ਦੇ ਉੱਪਰ ਪਾ ਦਿਆਂ। ਜਦ ਉਹਨਾਂ ਨੇ ਆਪਣੀ ਖੁਆਹਿਸ਼ ਗੁਰੂ ਸਾਹਿਬ ਅੱਗੇ ਪ੍ਰਗਟ ਕੀਤੀ, ਕਿਹਾ ਕਿ ਦੁਨੀਆ ਦੇ ਗਰੀਬ ਤੋਂ ਗਰੀਬ ਬੱਚੇ ਵੀ ਬਿਨਾਂ ਕਫਨ ਤੋਂ ਇਸ ਦੁਨੀਆ ਤੋਂ ਨਹੀਂ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੇਖ ਇਹ ਸਾਰੀਆਂ ਲਾਸ਼ਾਂ, ਇਹ ਸਭ ਮੇਰੇ ਬੱਚੇ ਹਨ। ਜੇ ਤੇਰੇ ਕੋਲ ਸਭ ਦੇ ਉੱਤੇ ਕਫਨ ਪਾਉਣ ਦਾ ਇੰਤਜ਼ਾਮ ਹੈ ਤਾਂ ਤੇਰੀ ਖੁਆਹਿਸ਼ ਪੂਰੀ ਹੋ ਸਕਦੀ ਹੈ। ਇਹ ਕਹਿ ਕੇ ਗੁਰੂ ਸਾਹਿਬ ਅੱਗੇ ਤੁਰ ਪਏ। ਖਾਲਸੇ ਨੂੰ ਆਪਣਾ ਸਰੂਪ, ਆਪਣੀ ਆਤਮਾ, ਆਪਣੇ ਵਿਚਾਰ, ਜੋ ਕੁਝ ਵੀ ਉਹਨਾਂ ਕੋਲ ਸੀ, ਆਪਣਾ ਤਨ, ਮਨ, ਧਨ, ਸਭ ਕੁਝ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਉਹਨਾਂ ਤੋਂ ਅੰਮ੍ਰਿਤ ਛੱਕ ਕੇ ਖਾਲਸੇ ਨੂੰ ਆਪਣੇ ਬਰਾਬਰ ਖੜ੍ਹਾ ਕਰ ਦਿੱਤਾ ਅਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਅਤੇ ਤੁਸੀਂ ਚੇਲੇ ਅਤੇ ਫਿਰ ਬਰਾਬਰੀ ਕਿਵੇਂ ਹੋਈ। ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੇ, ਅਰ ਆਨ ਕੋ ਦਾਨ ਨਾ ਲਾਗਤ ਕੀਨੋ, ਮੁਕਤੇ ਮੇਰੇ ਪ੍ਰਾਨ ਜੋ ਕਰਨ ਸੋ ਪ੍ਰਵਾਨ, ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋ ਸੋ ਗਰੀਬ ਕਰੋਰ ਪਰੇ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਸਿੱਖ ਪੰਚੋਂ ਮੇ ਮੇਰਾ ਵਾਸਾ, ਪੂਰਨ ਕਰੇ ਜਿਹ ਆਸਾ, ਖਾਲਸਾ ਗੁਰੂ ਗੁਰੂ ਖਾਲਸੇ ਕਹੋ, ਮੈਂ ਅਬ ਜੈਸੇ ਗੁਰੂ ਨਾਨਕ ਅੰਗਤ ਕੋ ਕੀਨੋ। ਅੱਲਾ ਯਾਰ ਖਾਨ ਜੋਗੀ ਲਿਖਦਾ ਹੈ ਕਿ ਜਿਨ੍ਹਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ ਕੀਤਾ, ਕਿਸੇ ਮੁਰਸ਼ਦ ਨੇ ਆਪਣੇ ਮਰੀਦ ਨਾਲ ਨਹੀਂ ਕੀਤਾ। ਹਾਸ਼ਾ ਕਿਸੀ ਮੁਰਸ਼ਦ ਮੈਂ ਇਹ ਸਾਰ ਨਹੀਂ ਹੈ, ਇਹ ਪਿਆਰ ਕਿਸੀ ਪੀਰ ਮੈਂ ਇਹ ਨਾਰ ਨਹੀਂ ਹੈ। ਜਦੋਂ ਚਮਕੌਰ ਦੀ ਗੜੀ ਵਿੱਚੋਂ ਬੱਚਿਆਂ ਨੂੰ ਲੈ ਕੇ ਗੁਰੂ ਸਾਹਿਬ ਨੂੰ ਨਿਕਲਣ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ, ਤੁਸੀਂ ਕਿਹੜੇ ਬੱਚਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਬੱਚੇ ਹੋ। ਉਹ ਗੱਲ ਵੱਖਰੀ ਹੈ ਕਿ ਜਦ ਦੋਨੋਂ ਬੱਚੇ ਸ਼ਹੀਦ ਹੋ ਗਏ ਤਾਂ ਸਿੱਖਾਂ ਦੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿੱਚੋਂ ਨਿਕਲਣ ਦਾ ਹੁਕਮ ਦਿੱਤਾ, ਜਿਸ ਨੂੰ ਮਨ੍ਹਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਸੀ, ਕਿਉਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ। ਸਿੱਖਾਂ ਨੇ ਇਸ ਨੂੰ ਇਸਤੇਮਾਲ ਕਰਨਾ ਪਿਆ, ਕਿਉਂਕਿ ਅਗਲੇ ਦਿਨ ਗੜੀ ਵਿੱਚ ਸਭ ਦੀ ਸ਼ਹੀਦੀ ਯਕੀਨਨ ਸੀ ਅਤੇ ਜੇ ਕੱਲ੍ਹ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿੱਖੀ ਅਤੇ
ਸਿੱਖਾਂ ਦੀ ਅਗਵਾਈ ਕੌਣ ਕਰੇਗਾ। ਜਦੋਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਲੱਖੀ ਜੰਗਲ ਵਿੱਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜ਼ਾਦਿਆਂ ਨੂੰ ਉਹਨਾਂ ਨਾਲ ਨਾ ਦੇਖ ਕੇ ਪੁੱਛਿਆ ਕਿ ਸਾਹਿਬਜ਼ਾਦੇ ਕਿੱਥੇ ਹਨ, ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵੱਲ ਇਸ਼ਾਰਾ ਕਰਕੇ ਕਿਹਾ, ਇਹਨਾਂ ਵਿੱਚ ਆਪਣੇ ਅਜੀਤ ਜੁਝਾਰ ਫਤਿਹ ਸਿੰਘ ਅਤੇ ਜ਼ੋਰਾਵਰ ਨੂੰ ਢੂੰਡ ਲਓ, ਮੇਰੇ ਵਾਸਤੇ ਇਹ ਸਭ ਅਜੀਤ ਜੁਝਾਰ ਫਤਿਹ ਅਤੇ ਜ਼ੋਰਾਵਰ ਹਨ। ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸਤਚਾਰ, ਚਾਰ ਮੂਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ। ਜਦੋਂ ਮੁਕਤਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਪਹੁੰਚੇ। ਵਜ਼ੀਰ ਖਾਨ ਆਪਣਿਆਂ ਲਾਸ਼ਾਂ ਨੂੰ ਇੱਥੇ ਛੱਡ ਕੇ ਚਲਾ ਗਿਆ। ਗੁਰੂ ਸਾਹਿਬ ਨੇ ਆਪਣੇ ਇੱਕ ਇੱਕ ਸਿੱਖ ਗੋਦੀ ਵਿੱਚ ਲਿਆ, ਉਹਨਾਂ ਦਾ ਮੂੰਹ ਪੂੰਝਿਆ, ਬੜੇ ਪਿਆਰ ਨਾਲ ਉਹਨਾਂ ਨੂੰ ਮਨਸਬਦਾਰੀਆਂ ਬਖਸ਼ੀਆਂ। ਮੇਰਾ 5,000, ਮੇਰਾ 10,000, ਮੇਰਾ 30,000 ਯਾਦ। ਬਖਸ਼ਿਸ਼ਾਂ ਕਰਦੇ ਕਰਦੇ ਜਦ ਉਹ ਮਹਾਂ ਸਿੰਘ ਕੋਲ ਪਹੁੰਚੇ, ਉਹ ਆਖਰੀ ਸਾਹ ਲੈ ਰਿਹਾ ਸੀ। ਗੁਰੂ ਸਾਹਿਬ ਬੜੇ ਪਿਆਰ ਨਾਲ ਉਸਦੇ ਸਿਰ ਆਪਣੀ ਗੋਦੀ ਵਿੱਚ ਰੱਖਦੇ ਹਨ, ਮੂੰਹ ਦੇ ਪਾਣੀ ਦੇ ਛਿੱਟੇ ਮਾਰਦੇ ਹਨ। ਉਸ ਨੂੰ ਥੋੜ੍ਹੀ ਹੋਸ਼ ਆਉਂਦੀ ਹੈ, ਕਹਿੰਦੇ ਹਨ ਕੁਝ ਮੰਗ ਲੈ, ਤਾਂ ਉਸਨੇ ਕਿਹਾ ਕਿ ਤੁਹਾਡੀ ਗੋਦੀ ਵਿੱਚ ਮੇਰਾ ਸਿਰ ਹੈ, ਇਸ ਤੋਂ ਵੱਧ ਮੈਨੂੰ ਕੀ ਚਾਹੀਦਾ ਹੈ। ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਵਿੱਚੋਂ ਇਹੀ ਨਿਕਲਿਆ, ਸਤਿਗੁਰੂ ਜੇ ਤੁੱਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਪਾੜ ਦਿਓ। ਗੁਰੂ ਸਾਹਿਬ ਨੇ ਝੱਟ ਕਮਰਕੱਸੇ ਤੋਂ ਬੇਦਾਵਾ ਕੱਢਿਆ ਅਤੇ ਫਾੜ ਦਿੱਤਾ। ਕਿਹਾ ਕਿ ਬੇਦਾਵਾ ਤਾਂ ਤੁਸੀਂ ਦਿੱਤਾ ਸੀ, ਮੈਂ ਤਾਂ ਆਪਣੇ ਆਪ ਨੂੰ ਤੁਹਾਡੇ ਤੋਂ ਅਲੱਗ ਕਦੇ ਨਹੀਂ ਕੀਤਾ। ਇਹ ਉਸਦੇ ਆਖਰੀ ਸਾਹ ਸੀ। ਗੁਰੂ ਸਾਹਿਬ ਨੇ ਆਪਣਾ ਵਕਤ ਨਜ਼ਦੀਕ ਆਉਂਦਾ ਜਾਣ ਕੇ 5 ਪੈਸੇ ਨਾਰੀਅਲ ਮੰਗਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਸਿੱਖੀ ਨੂੰ ਸ਼ਬਦ ਨਾਲ ਜੋੜ ਦਿੱਤਾ, ਕਿਹਾ ਬਾਣੀ ਸਾਡਾ ਹਿਰਦਾ ਹੈ, ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ, ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ 5 ਪਿਆਰਿਆਂ ਦੇ ਦਰਸ਼ਨ ਕਰੇ। ਸਿੱਖਾਂ ਨੂੰ ਤਸੱਲੀ ਨਹੀਂ ਹੋਈ, ਉਹਨਾਂ ਕਿਹਾ ਅਸੀਂ ਇੱਕ ਇੱਕ ਸਿੱਖ 10-10 ਲੱਖਾਂ ਦੀ ਫੌਜ ਨਾਲ ਲੜ ਜਾਂਦੇ ਹਾਂ, ਸਿਰਫ ਇਹੀ ਸੋਚ ਕੇ ਕਿ ਸਾਡੀ ਪਿੱਠ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਹਨ। ਮੁਕਤਸਰ ਅਤੇ ਚਮਕੌਰ ਦਾ ਹਵਾਲਾ ਦਿੱਤਾ, ਤੁਹਾਡੇ ਜਾਣ ਤੋਂ ਬਾਅਦ ਕੀ ਹੋਵੇਗਾ। ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ, ਮੈਂ 14 ਜੰਗ ਜਿੱਤੇ ਹਨ, ਬਹੁਤ ਕੁਝ ਕਹਿੰਦੇ ਹਨ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅੱਗ ਅਢਾਓ ਟਰੈ ਇਨਹੀ ਕੇ ਪ੍ਰਸਾਦ, ਇਨ੍ਹਾਂ ਕਿਰਪਾ ਫੁਨ ਧਾਮ ਭਰੇ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸਤਰੂ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋਰ ਪਰੇ। ਆਪਣੇ ਆਖਰੀ ਸਮੇਂ ਵਿੱਚ ਵੀ ਆਪਣੇ ਸਾਰੇ ਗੁਣ, ਆਪਣੀਆਂ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾਂ ਨੂੰ ਬਖਸ਼ਿਆ ਅਤੇ ਆਪਣੇ ਆਪ ਨੂੰ ਕਰੋੜਾਂ ਗਰੀਬਾਂ ਵਿੱਚੋਂ ਇੱਕ ਆਖਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਅਤੇ ਮੁਗਲਾਂ ਨੇ 4 ਹਮਲੇ ਕੀਤੇ, ਜਿਸ ਦਾ ਸਿੱਖਾਂ ਨੇ ਉਸ ਦੀ ਅਗਵਾਈ ਹੇਠ ਮੂੰਹ ਤੋੜ ਜਵਾਬ ਦਿੱਤੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸ 'ਤੇ ਸੰਪੂਰਨਤਾ ਦੀ ਮੋਹਰ ਲਗਾਈ। ਜੋ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀਂ ਸੀ, ਬਲਕਿ ਗੁਰੂ ਸਾਹਿਬਾਨਾਂ ਵੱਲੋਂ 230 ਵਰ੍ਹਿਆਂ ਦੀ ਘਾਲਣਾ ਸੀ। ਔਰ ਇਹ ਵੀ ਸੱਚ ਹੈ ਕਿ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ, ਉਹ ਸਿਰਫ ਜ਼ਬਰ ਜ਼ੁਲਮ 'ਤੇ
ਅਨਿਆਏ ਵਿਰੁੱਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਕਿ ਨਾਮ ਜਪਣ ਕਿਰਤ ਕਰਨ ਅਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ। ਸਭ ਜਾਤੀਆਂ ਅਤੇ ਵਰਗਾਂ ਨੂੰ ਬਰਾਬਰੀ ਦੇਣਾ ਦੇਸ਼ ਕੌਮ ਹੱਦਾਂ ਸਰਹੰਦਾਂ ਤੋਂ ਉੱਪਰ ਉੱਠ ਕੇ ਉਸ ਵਕਤ ਦੀ ਜ਼ਰੂਰਤ ਸੀ ਕਿਉਂਕਿ ਉੱਚ ਜਾਤੀਏ ਬ੍ਰਾਹਮਣ ਪੰਡਿਤ ਰਾਜੇ ਮਹਾਰਾਜੇ ਇਹਨਾਂ ਲੋਕਾਂ ਨੂੰ ਇਤਨੇ ਜ਼ੁਲਮ ਕਰ ਰਹੇ ਸੀ ਕਿ ਬਰਦਾਸ਼ਤ ਤੋਂ ਬਾਹਰ ਹੋ ਗਏ ਸੀ। ਪਹਿਲੇ 8 ਗੁਰੂਆਂ ਨੇ ਇਹਨਾਂ ਨੂੰ ਕਿਰਤ ਕਰਮਾਂ ਉਪਦੇਸ਼ਾਂ ਅਤੇ ਉਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ। 6ਵੇਂ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਅਤੇ 10ਵੀਂ ਗੁਰੂ ਜੀ ਨੇ ਇਸ ਨੂੰ ਅਪਣਾ ਕੇ ਸਮਾਜਿਕ ਕ੍ਰਾਂਤੀ ਲਿਆ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ 'ਤੇ ਖਾਲਸੇ ਦੀ ਜਥੇਬੰਦੀ ਵਿੱਚ ਇਸਤਰੀ ਜਾਤੀ ਦਾ ਪੂਰਾ ਸਤਿਕਾਰ ਕੀਤਾ ਜੋ ਅੱਜ ਤੱਕ ਵੀ ਇੱਕ ਸਮੱਸਿਆ ਬਣੀ ਹੋਈ ਹੈ। ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ। ਖੰਡੇ ਬਾਟੇ ਦੀ ਪਹੁਲ ਵਿੱਚ ਮਿਠਾਸ, ਹਲੀਮੀ, ਨਿਮਰਤਾ ਅਤੇ ਪਰ ਉਪਕਾਰ ਦੇ ਚਿੰਨ ਪਤਾਸੇ ਪਾਉਣ ਦਾ ਮਾਣ ਮਾਤਾ ਜੀਤੋ ਜੀ ਨੂੰ ਬਖਸ਼ਿਆ। ਮਾਤਾ ਗੁਜਰੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿੱਚ ਜੋਤੀ ਜੁੱਤ ਸਮਾਉਣ ਤੋਂ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ। ਮਾਈ ਭਾਗੋ ਨੂੰ ਸਿੱਖਾਂ ਦੀ ਪਹਿਲੀ ਜਥੇਦਾਰ ਸੌਂਪੀ। ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਅੰਦਰ ਦੱਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁੱਤੀ ਸਮਝੀ ਜਾਂਦੀ, ਮਾਈ ਭਾਗੋ ਦੀਆਂ ਬੇਦਾਵਾ ਹੋਣ ਵਾਲੇ ਸਿੱਖਾਂ ਨੂੰ ਲਾਹਣਤਾਂ ਪਾਉਣੀਆਂ ਅਤੇ ਵੰਗਾਰਨਾ, ਪਛਤਾਵੇ ਤੋਂ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ, ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦੱਖਣ ਭਾਰਤ ਵਿੱਚ ਸਿੱਖੀ ਪ੍ਰਚਾਰ ਕਰਨਾ, ਇਹ ਇੱਕ ਬਹੁਤ ਵੱਡਾ ਇਨਕਲਾਬ ਅਤੇ ਇਸਤਰੀ ਜਾਤੀ ਦੀ ਲਈ ਫਕਰ ਦੀ ਗੱਲ ਸੀ। ਵਿਭਚਾਰ ਦਾ ਖੰਡਨ ਕਰਦਿਆਂ ਸਿੱਖਾਂ ਨੂੰ ਗ੍ਰਹਿਸਥੀ ਜੀਵਨ ਦੀ ਜਾਂਚ ਦੱਸੀ, ਸ਼ੁਭ ਅਮਲਾਂ ਦਾ ਰਾਹ ਦਿਖਾਇਆ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦੇਣਾ ਵੀ ਇੱਕ ਵਡੇਰੀ ਸੋਚ ਸੀ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਂ ਥਾਪਿਆ ਹੁੰਦਾ ਤਾਂ ਅੱਜ ਅਸੀਮ ਗਿਣਤੀ ਵਿੱਚ ਪੂਜਾ ਕਰਵਾ ਰਹੇ ਦੇਹਧਾਰੀ ਗੁਰੂਆਂ ਦੇ ਪ੍ਰਖੰਡਾਂ ਵਿੱਚ ਸਿੱਖ ਜਗਤ ਫਸਿਆ ਹੁੰਦਾ। ਅੱਜ ਦਾ ਰੇਡ ਕੋਰਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਈਆਂ ਇਹਨਾਂ ਲੀਹਾਂ ਤੋਂ ਉਤਪੰਨ ਹੋਇਆ ਹੈ। ਜਦੋਂ ਉਹਨਾਂ ਨੇ ਭਾਈ ਘਨੱਈਆ ਜੀ ਨੂੰ ਜ਼ਖਮੀਆਂ, ਚਾਹੇ ਉਹ ਦੁਸ਼ਮਣ ਵੱਲੋਂ ਕਿਉਂ ਨਾ ਹੋਵੇ, ਪਾਣੀ ਪਿਲਾਉਣ ਦੇ ਨਾਲ ਨਾਲ ਮਰਮ ਪੱਟੀ ਦੀ ਕਰਨ ਦੀ ਹਦਾਇਤ ਦਿੱਤੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਮਾਨਸ ਕੀ ਜਾਤ ਸਬਾਈ ਏਕੋ ਪਹਿਚਾਨਵੋ। ਉਹਨਾਂ ਦੀ ਲੜਾਈ ਕਦ ਕਿਸੇ ਧਰਮ, ਜਾਤੀ ਜਾਂ ਨਸਲ ਦੇ ਵਿਰੁੱਧ ਸੀ। ਇਹ ਲੜਾਈ ਤਾਂ ਜ਼ੁਲਮ, ਜਬਰ, ਜਾਬਰ, ਜ਼ਾਲਮ, ਅੱਤਿਆਚਾਰੀ, ਦੁਰਾਚਾਰੀ, ਲੁਟੇਰੇ ਅਤੇ ਜਨਤਾ ਦੇ ਸੁੱਖ ਚੈਨ ਨੂੰ ਲੁੱਟਣ ਵਾਲਿਆਂ ਵਿਰੁੱਧ ਸੀ। ਗੁਰੂ ਗੋਬਿੰਦ ਸਿੰਘ ਜੀ ਫਿਲਾਸਫਰ ਅਤੇ ਮਨੋਵਿਗਿਆਨੀ ਸਨ। ਹਿੰਦੁਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਨ੍ਹਾਂ ਨੇ ਤਲਵਾਰ ਦੀ ਠੀਕ ਵਰਤੋਂ ਕੀਤੀ, ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ 5 ਕੱਕੇ ਚੁੱਕਣੇ ਉਹਨਾਂ ਦੇ ਅਸਲੀ ਫਿਲਾਸਫਰ ਹੋਣ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਉਸ ਫਿਲਾਸਫਰ ਨੇ ਜਿੱਥੇ ਅਕਲ ਵਰਤੀ ਉੱਥੇ ਸ਼ਕਲ ਵੀ ਬਦਲਾ ਦਿੱਤੀ। 5 ਚਿੰਨ੍ਹਾਂ ਦੇ ਦੇਣ ਦਾ ਭਾਵ ਇਹ ਸੀ ਕਿ ਸਿੱਖ ਇੱਕ ਅਸਲੀ ਫਿਲਾਸਫਰ ਬਣ ਜਾਣ। ਇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਅਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ ਕਸ਼ਹਿਰਾ
ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸਬਜ ਹੋਣ ਦੇ ਚਿੰਨ ਸਨ। ਕਿਰਪਾਨ ਸੁਤੰਤਰ ਸਿਆਸਤ ਲਈ ਅਤੇ ਕੰਘਾ ਸਫਾਈ ਅਤੇ ਸੰਸਾਰੀ ਜੀਵ ਬਣਾਉਣ ਲਈ। ਗੁਰੂ ਸਾਹਿਬ ਜੀ ਦੇ ਬੁੱਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਨੂੰ ਸੁੰਨਤ ਹੋਣ ਤੋਂ ਬਚਾ ਕੇ ਉਹਨਾਂ ਦਾ ਧਰਮ ਅਤੇ ਸੰਸਕ੍ਰਿਤੀ ਬਚਾਈ, ਜਿਸ ਦੇ ਬਦਲੇ ਵਜੋਂ ਸਾਰੇ ਭਾਰਤੀ ਅੱਬਲ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ। ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵੱਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ 18ਵੀਂ ਅਤੇ 19ਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ, ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਅਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਣ ਨਾਲ ਹੋ ਰਹੀਆਂ ਹਨ। ਇਹ ਹੈ ਇਹਨਾਂ ਵੱਲੋਂ ਸਰਬੰਸਦਾਨੀ ਮਹਾਨ ਗੁਰੂ ਸਾਹਿਬ ਅਤੇ ਉਹਨਾਂ ਵੱਲੋਂ ਸਜਾਈ ਖਾਲਸਾ ਪੰਥ ਵੱਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕਿਰਤਘਣਤਾ। ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਾਂਚਨਾਂ ਤੋਂ ਨਿਕਲੇ ਮਿੱਠੇ ਸੰਗੀਤ ਦਾ ਰਸ ਮਾਣਦੇ ਰਹੇ। ਪਟਨਾ ਵਿੱਚ ਗੰਗਾ ਨਦੀ ਵਿੱਚ, ਅਨੰਦਪੁਰ ਸਾਹਿਬ ਵਿੱਚ ਸਤਲੁਜ ਦਾ, ਪਾਉਂਟਾ ਸਾਹਿਬ ਜਮੁਨਾ ਦਾ, ਇੱਥੋਂ ਤੱਕ ਕਿ ਜੋਤੀ ਜੋਤ ਸਮਾਉਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿੱਚ ਨਾਦੇੜ ਦਾ ਇਲਾਕਾ ਜਾ ਚੁਣਿਆ। ਪਾਉਂਟਾ ਸਾਹਿਬ ਦੀ ਬਾਹਰ ਦੀ ਨਦੀ ਦੇ ਵਿਚਕਾਰ ਇੱਕ ਛੋਟੇ ਜਿਹੇ ਟਾਪੂ ਵਿੱਚ ਉਹ ਘੰਟਿਆਂ ਬੱਧੀ ਬੈਠ ਕੇ ਬਾਣੀ ਦੀ ਉਚਾਰਨਾ ਕਰਦੇ ਰਹਿੰਦੇ। ਕੁਦਰਤ ਦੇ ਸ਼ੌਕੀਨ ਸੀ, ਬਚਪਨ ਉਹਨਾਂ ਦਾ ਪਟਨੇ ਵਿੱਚ ਬੀਤਿਆ। ਆਪਣੇ ਬਚਪਨ ਦਾ ਬਹੁਤਾ ਸਮਾਂ ਗੰਗਾ ਨਦੀ ਦੇ ਆਸ ਪਾਸ ਹੀ ਗੁਜ਼ਾਰਿਆ। ਉੱਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ, ਬੇੜੀ ਵਿੱਚ ਬੈਠਣਾ, ਆਪਣੇ ਦੋਸਤਾਂ ਨਾਲ ਸੈਰ ਕਰਨੀ। ਜਦੋਂ ਪੰਡਿਤ ਸ਼ਿਵਦਾਸ ਗੰਗਾ ਵਿੱਚੋਂ ਇਸ਼ਨਾਨ ਕਰਕੇ ਕੰਢੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾ ਕੇ ਉਹਨਾਂ ਦੇ ਕੰਨਾਂ ਵਿੱਚ ਪੰਡਿਤ ਜੀ ਝਾਤ ਕਹਿ ਕੇ ਉਹਨਾਂ ਦੀ ਸਮਾਧੀ ਨੂੰ ਖੋਲ੍ਹ ਦਿੰਦੇ। ਪੰਡਿਤ ਜੀ ਗੁੱਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ, ਉਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ। ਇੱਕ ਵਪਾਰੀ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਬੇੜੀ ਭੇਂਟ ਕੀਤੀ, ਜਿਸ ਨੂੰ ਉਹ ਆਪਣੇ ਦੋਸਤਾਂ ਨਾਲ ਦਰਿਆ ਵਿੱਚ ਠੇਲ ਕੇ ਚੱਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਉਂਦੇ ਅਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੈਰ ਕਰਦੇ ਰਹਿੰਦੇ। ਇੱਕ ਵਾਰੀ ਆਪਣਾ ਕੰਗਣ ਗੰਗਾ ਵਿੱਚ ਸੁੱਟ ਆਏ। ਮਾਤਾ ਜੀ ਨੇ ਜਦ ਪੁੱਛਿਆ ਕਿ ਕੰਗਣ ਕਿੱਥੇ ਸੁੱਟਿਆ ਤਾਂ ਦੂਸਰਾ ਵੀ ਗੰਗਾ ਵਿੱਚ ਸੁੱਟ ਕੇ ਕਹਿਣ ਲੱਗੇ, ਇੱਥੇ ਸੁੱਟਿਆ ਹੈ। ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਦੇ ਜਗ੍ਹਾ ਪਸੰਦ ਕਰਨ ਨੂੰ ਇਹਨਾਂ ਨੂੰ ਕਿਹਾ ਤਾਂ ਇੱਕ ਰਮਣੀਕ ਜਗ੍ਹਾ ਸਤਲੁਜ ਦਰਿਆ ਦੇ ਕੰਢੇ 'ਤੇ ਚੁਣੀ ਅਤੇ ਉੱਥੇ ਹੀ ਆਪਣਾ ਕਿਲਾ ਬਣਵਾਇਆ। 52 ਕਵੀਆਂ ਦੀ ਮਹਿਫਲ ਵੀ ਸਤਲੁਜ ਦੇ ਕੰਢੇ 'ਤੇ ਲੱਗਦੀ। ਪਾਉਂਟਾ ਸਾਹਿਬ ਗੁਰੂ ਸਾਹਿਬ 3 ਸਾਲ ਰਹੇ। ਇੱਥੇ ਹੀ ਇਹਨਾਂ ਦੇ ਜਾਪ ਸਾਹਿਬ ਸਵੱਈਏ ਅਤੇ ਅਕਾਲ ਉਸਤਤ ਬਾਣੀਆਂ ਉਚਾਰਨ ਕੀਤੀਆਂ। ਅਨੰਦਪੁਰ ਸਾਹਿਬ ਛੱਡਣ ਦੇ ਬਾਅਦ ਵੀ ਜਿੱਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੈਂਦੇ। ਲੱਖੀ ਜੰਗਲ ਵਿੱਚ ਜਦ ਸੁੰਦਰ ਨਜ਼ਾਰੇ ਦੇਖੇ ਤਾਂ ਕੁਝ ਦੇਰ ਉੱਥੇ ਹੀ ਠਹਿਰਨ ਦਾ ਫੈਸਲਾ ਕਰ ਲਿਆ। ਇੱਥੇ ਹੀ ਚਿਰਾਂ ਤੋਂ ਵਿਛੜੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਕਵੀ ਢਾਡੀ ਅਤੇ ਜੋ ਸਿੱਖ ਅਨੰਦਪੁਰ ਛੱਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ। ਕਥਾ ਕੀਰਤਨ ਵਿਖਿਆਨ ਅਤੇ ਕਵੀ ਦਰਬਾਰ ਮੁੜ ਕੇ ਉਹੀ ਰੌਣਕਾਂ ਲੱਗ ਗਈਆਂ, ਪਰ ਹਾਲਾਤ ਉਹ ਨਹੀਂ ਸਨ। ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਉਸ ਵਿੱਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤੱਖ ਨਜ਼ਰ ਆਉਂਦਾ ਹੈ। ਜ਼ਫਰਨਾਮੇ ਵਿੱਚ ਲਿਖਦੇ ਹਨ, ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ, ਇੱਧਰ ਜੁਝਾਰ ਦੀ ਸ਼ਹੀਦੀ ਹੋਈ।
ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋਂ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੈ। ਉਹਨਾਂ ਦੀ ਬਾਣੀ ਵਿੱਚ ਵੀ ਵਾਹਿਗੁਰੂ ਕੁਦਰਤ ਦੇ ਮਨੁੱਖਤਾ ਦਾ ਪਿਆਰ ਪ੍ਰਤੱਖ ਝਲਕ ਨਜ਼ਰ ਆਉਂਦਾ ਹੈ। ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਉਹ ਵੀ ਗੁਰੂ ਸਾਹਿਬ ਨੰਦੇੜ ਗੋਦਾਵਰੀ ਦੇ ਕੰਢੇ 'ਤੇ ਹੀ ਬੈਠੇ ਸੀ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਅਕਾਲ ਉਸਤਤ 33 ਸਵਈਏ ਖਾਲਸਾ ਮਹਿਮਾ ਗਿਆਨ ਪ੍ਰਬੋਧ ਚੰਡੀ ਚਰਿੱਤਰ ਵੱਡਾ ਚੰਡੀ ਚਰਿੱਤਰ ਛੋਟਾ ਚੰਡੀ ਦੀ ਵਾਰ ਅਵਤਾਰ ਵਿਚਿੱਤਰ ਨਾਟਕ ਜਫਰਨਾਮਾ ਹਕਾਇਤਾ ਸ਼ਬਦ ਹਜ਼ਾਰੇ ਪਵਿੱਤਰ ਬਾਣੀਆਂ ਦੀ ਰਚਨਾ ਕੀਤੀ ਹੈ। ਜਾਪ ਸਾਹਿਬ ਵਿੱਚ ਅਕਾਲ ਉਸਤਤ ਤੇ ਨਾਲ ਨਾਲ ਵਹਿਮਾਂ ਭਰਮਾਂ ਪਖੰਡ ਦਾ ਵਿਰੋਧ ਕੀਤਾ ਹੈ। ਵਿਚਿੱਤਰ ਨਾਟਕ ਵਿੱਚ ਆਪਣੇ ਪਿਤਰੀ ਤੇ ਪੂਜਣ ਜਾਂ ਫਿਰ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਨ ਕਰਦੇ ਹਨ। ਅਕਾਲ ਪੁਰਖ ਨਾਲ ਜੁੜਨ ਦੀ ਗੱਲ ਕਰਦੇ ਹਨ। ਚੰਡੀ ਦੀ ਵਾਰ 20 ਬੀਰ ਰਸ ਵਿੱਚ ਹੈ, ਜਿਸ ਦੇ 55 ਬੰਦਾਂ ਵਿੱਚ ਚੰਡੀ ਦੇ ਕਾਰਨਾਮਿਆਂ ਦਾ ਸੂਖਮਸ਼ਮ ਵਰਣਨ ਕਰਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਰਚਾਈਆਂ ਤੱਕ ਪਹੁੰਚਾਇਆ ਹੈ ਜਿੱਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ। ਸੰਗੀਤ ਦੇ ਵਿਦਵਾਨਾਂ ਵਿਦਵਤਾਂ ਆਸਮਾਨ ਨੂੰ ਛੂ ਰਹੀ ਹੈ। ਜਿਤਨੇ ਪ੍ਰਚਲਿਤ ਤੇ ਪ੍ਰਚਲਿਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ ਅੱਜ ਤੱਕ ਕਿਸੇ ਕਵੀ ਨੇ ਵਰਤਣੇ ਤੇ ਅਲੱਗ ਸੂਝ ਵੀ ਨਹੀਂ ਹੋਵੇਗੀ। ਬਾਣੀ ਵਿੱਚ ਅਲੰਕਾਰਾਂ ਦੀ ਭਰਮਾਰ ਹੈ, ਫਿਰ ਵੀ ਬਾਣੀ ਵਿੱਚ ਸਾਦਗੀ ਰੱਖਣੀ ਉਹਨਾਂ ਦਾ ਰਚਨਾ ਦਾ ਖਾਸ ਗੁਣ ਹੈ। ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀਂ ਸਨ ਬਲਕਿ ਮਾਹਿਰ ਵੀ ਸਨ। ਅਰਬੀ ਤੇ ਗਿਆਨ ਦੀ ਸਿਖਰ, ਫਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜ੍ਹਨਾ, ਜਿਸ ਨੂੰ ਬੜੀ ਖੁੱਲ੍ਹੀ ਦਿਲੀ ਨਾਲ ਬਾਣੀ ਵਿੱਚ ਵਰਤਿਆ ਹੈ। ਬਿਹਾਰੀ ਬ੍ਰਿਜ ਭਾਸ਼ਾ, ਮਾਝੀ ਵਿੱਚ ਉਹ ਮਾਹਿਰ ਸਨ, ਫਾਰਸੀ ਵਿੱਚ ਜਫਰਨਾਮਾ ਜਿਸ ਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾ ਕੇ ਰੱਖ ਦਿੱਤਾ। ਜਾਪ ਸਾਹਿਬ ਵਿੱਚ 335 ਅਕਾਲ ਪੁਰਖ ਦੇ ਉਪਨਾਮ, ਜਿਨ੍ਹਾਂ ਵਿੱਚੋਂ ਤਕਰੀਬਨ 84 ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਮਾਂ ਤੋਂ ਬਿਲਕੁਲ ਵੱਖ ਹਨ। ਠੀਕ ਸਮੇਂ ਵਿੱਚ ਠੀਕ ਸ਼ਬਦ ਵਰਤਣਾ ਉਹਨਾਂ ਦੀ ਕਲਾ ਸੀ। ਜਿਮੀ ਤੁਹੀ, ਜਮਾ ਤੁਹੀ, ਮਕੀ ਤੁਹੀ, ਮਕਾ ਤੁਹੀ, ਅਬ ਤੁਹੀ, ਅਬੈ ਤੁਹੀ, ਅਸ਼ੂ ਤੁਹੀ, ਅਛੇ ਤੁਹੀ, ਜਸ ਤੁਹੀ, ਬੇਹਸ ਤੁਹੀ, ਗਸਤ ਤੁਹੀ, ਮਸ ਤੁਹੀ, ਤੂਹੀ ਤੁਹੀ, ਤੂਹੀ ਤੁਹੀ, ਤੂਹੀ ਤੁਹੀ, ਤੂਹੀ ਤੁਹੀ। ਇਹ ਬਾਣੀ ਅਕਾਲ ਉਸਤਤ ਵਿੱਚ ਜਿਸ ਵਿੱਚ ਗੁਰੂ ਸਾਹਿਬ ਨੇ ਉਚਾਰਿਆ ਹੈ, ਸਮੁੱਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਅਤੇ ਉਸ ਦੀ ਸਿਰਜੀ ਹੋਈ ਹੈ, ਪਰ ਮਨੁੱਖ ਇਸ ਰਚਨਾ ਨੂੰ ਸਮਝਣ ਵਿੱਚ ਅਸਮਰਥ ਹੈ। ਮਨੁੱਖ ਚੰਗਿਆਈਆਂ ਅਤੇ ਬੁਰਾਈ ਦੀ
ਪਰਖ ਆਪਣੀ ਕਸਵੱਟੀ ਅਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਕੁਦਰਤ ਦੀਆਂ ਸਾਰੀਆਂ ਨਿਯਾਮਤਾਂ ਦਾ ਹੱਕਦਾਰ ਉਹੀ ਹੈ ਅਤੇ ਜਦੋਂ ਵੀ ਉਸਦੀ ਮਰਜ਼ੀ ਹੋਵੇ ਕੁਝ ਉਲਟ ਹੋ ਜਾਂਦਾ ਹੈ, ਉਹ ਰੱਬ ਨੂੰ ਦੋਸ਼ ਦੇਣ ਲੱਗ ਜਾਂਦਾ ਹੈ। ਮੁਸ਼ਕਲਾਂ ਅਤੇ ਔਕੜਾਂ ਮਨੁੱਖੀ ਆਚਰਣ ਦਾ ਵਿਕਾਸ ਕਰਦੀਆਂ ਹਨ। ਪੀੜਾਂ ਅਤੇ ਦੁੱਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦਾ ਹੈ। ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿੱਚ ਕੁਝ ਵੀ ਸਦੀਵੀ ਨਹੀਂ ਹੈ। ਉਹੀ ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ ਅਤੇ ਅੰਤ ਕਰਨ ਵਾਲਾ ਹੈ। ਨਿਕਾਸ, ਵਿਕਾਸ ਅਤੇ ਵਿਨਾਸ਼ ਸਭ ਕੁਝ ਉਸਦੇ ਹੱਥ ਵਿੱਚ ਹੈ। ਰਾਮ ਰਹੀਮ ਅਤੇ ਪੈਗੰਬਰ ਵੀ ਇਸ ਮੌਤ ਤੋਂ ਬਚ ਨਹੀਂ ਸਕੇ। ਵਿਅਕਤੀ ਅਤੇ ਅਕਾਲ ਪੁਰਖ ਦਾ ਡੂੰਘਾ ਸੰਬੰਧ ਹੈ, ਉਸ ਦੀ ਹੋਂਦ 'ਤੇੋਂ ਅਸੀਂ ਮੁਨਕਰ ਨਹੀਂ ਸਕਦੇ। ਉਹ ਮਨੁੱਖ ਲਈ ਉਸ ਤਰ੍ਹਾਂ ਦੇ ਹੈ ਜਿਵੇਂ ਜ਼ਿੰਦਗੀ ਲਈ ਹਵਾ ਅਤੇ ਪਾਣੀ। ਅਕਾਲ ਪੁਰਖ ਨਾਲੋਂ ਟੁੱਟੇ ਬੰਦੇ ਦਾ ਉਹੀ ਹਾਲ ਹੁੰਦਾ ਹੈ ਜਿਵੇਂ ਟਹਿਣੀ ਨਾਲੋਂ ਟੁੱਟੇ ਫੁੱਲ ਦਾ। ਉਸਦੀ ਪ੍ਰਾਪਤੀ ਲਈ ਉਹ ਅਨੇਕਾਂ ਯਤਨ, ਤੀਰਥ, ਇਸ਼ਨਾਨ, ਦਾਨ, ਪੁੰਨ, ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ। ਕੇਵਲ ਸੱਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰੱਬ ਇੱਕ ਹੈ। ਚੱਕਰ, ਚਿਹਨ, ਵਰਨ, ਜਾਤ, ਰੂਪ, ਰੰਗ, ਰੇਖ, ਭੇਖ ਦਾ ਕੋਈ ਵਿਤਕਰਾ ਨਹੀਂ। ਧਰਮ ਕੋਈ ਵੀ ਹੋਵੇ, ਉਸ ਵਿੱਚ ਪ੍ਰਪੱਖ ਰਹਿਣਾ ਬਹੁਤ ਜ਼ਰੂਰੀ ਹੈ। ਸਿੱਖ ਨੂੰ ਕਰਮ ਕਾਂਡਾਂ, ਵਹਿਮ ਭਰਮਾਂ, ਛੂਆ ਛੂਤ, ਜਾਤ ਪਾਤ, ਊਚ ਨੀਚ ਤੋਂ ਉੱਪਰ ਉੱਠ ਕੇ ਇੱਕ ਪਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ ਜੋ ਉਸਦੇ ਮਨ ਮੰਦਰ ਵਿੱਚ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਹ ਆਪ ਇੱਕ ਮਹਾਨ ਸ਼ਖਸੀਅਤ ਅਤੇ ਸਾਹਿਤਕ ਰੁਚੀਆਂ ਦੇ ਮਾਲਕ ਸਨ। ਲੋਕਾਂ ਨੂੰ ਵੀ ਇਸ ਮੰਚ 'ਤੇ ਇਕੱਠਾ ਕੀਤਾ। ਓਟ ਅਕਾਲ ਦੀ ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ, ਸਿੱਖੀ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਸਦੀਵੀ ਕਾਲ ਲਈ ਦੇਹਧਾਰੀਆਂ ਗੁਰੂਆਂ ਤੋਂ ਮੁਕਤ ਕਰ ਦਿੱਤਾ। ਸ਼ਬਦ ਗੁਰੂ ਸਿੱਖਾਂ ਦਾ ਮਾਰਗ ਵੀ ਹੈ ਅਤੇ ਮੰਜ਼ਲ ਵੀ, ਅਧਿਆਤਮਕਵਾਦ ਨੀਂਹ ਵੀ ਅਤੇ ਸਿਖਰ ਵੀ। ਗੁਰੂ ਸਾਹਿਬਾਨਾਂ ਨੇ ਇਸ ਨੀਂਹ ਤੋਂ ਮੰਜ਼ਲ ਤੱਕ ਪਹੁੰਚਾ ਦਿੱਤਾ। ਮਨ ਨੂੰ ਇਕਾਗਰ ਕਰਕੇ ਉਸ ਪਰਮਾਤਮਾ ਦੀ ਆਰਾਧਨਾ, ਅਕਾਲ ਪੁਰਖ ਦਾ ਸਿਮਰਨ ਅਤੇ ਅਸਲ ਧਰਮ ਕਰਮ ਜਪ ਤਪ ਅਤੇ ਪੂਜਾ ਹੈ। ਦੇਵੀ ਦੇਵਤਿਆਂ, ਮੜੀ ਮਸਾਣਾ, ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ। ਭਜੋ ਹਰੀ, ਥਪੋ ਹਰੀ, ਤਪੋ ਹਰੀ, ਜਪੋ ਹਰੀ, ਕਾਹੂ ਲੈ ਪਹਨ ਪੂਜੋ ਧਰੇ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ ਅਕਾਲ ਉਸਤਤ। ਪਰਮਾਤਮਾ ਪੱਥਰਾਂ ਵਿੱਚ ਨਹੀਂ, ਪਰਮਾਤਮਾ ਜੰਤਰ ਤੰਤਰ ਮੰਤਰ ਤਵੀਜ਼ਾਂ ਵਿੱਚ ਨਹੀਂ, ਕਰਮ ਕਾਂਡ ਭੇਖ ਪਖੰਡਾਂ ਤੀਰਥ ਇਸ਼ਨਾਨਾਂ ਨਾਲ ਨਹੀਂ ਲੱਭਦਾ, ਬਲਕਿ ਕਿਰਤ ਕਰਕੇ ਭੁੱਖੇ ਦੁਖੀ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਰਹਿੰਦਿਆਂ ਮਿਲਦਾ ਹੈ। ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ, ਪਰ ਜੇ ਤੁਹਾਡਾ ਮਨ ਸਿਮਰਨ ਕਰਨ ਵੇਲੇ ਕਿਤੇ ਹੋਰ ਭਟਕ ਰਿਹਾ ਹੈ ਤਾਂ ਉਹ ਵੀ ਪਖੰਡ ਹੈ। ਆਖ ਮੂੜ ਕਰ ਕਿਉਂ ਭੰਡ ਦਿਖਾਵੇ, ਧਰਮ ਮਨੁੱਖ ਨੂੰ ਉੱਚਾ ਅਤੇ ਸੁੱਚਾ ਬਣਾਉਂਦਾ ਹੈ। ਭਗਤੀ, ਪਿਆਰ, ਸੇਵਾ, ਪਵਿੱਤਰਤਾ, ਪਰ ਉਪਕਾਰ, ਦਇਆ, ਖਿਮਾ, ਸੰਤੋਖ, ਸੱਚਾਈ ਧਰਮ ਦੇ ਆਧਾਰ ਹਨ। ਇਸ ਲਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛੱਡਣਾ ਪੈਂਦਾ ਹੈ। ਇਸ ਸੱਚੇ ਰਾਹ 'ਤੇ ਚੱਲਣ ਵਾਲਾ ਛਲ ਕਪਟ ਤੋਂ ਰਹਿਤ ਅਤੇ ਸੰਨਿਆਸੀ ਹੋ ਸਕਦਾ ਹੈ। ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿੱਚ ਪ੍ਰਭ ਪ੍ਰੇਮ, ਪਰਉਪਕਾਰ, ਦਇਆ, ਸਬਰ, ਸੰਤੋਖ ਅਤੇ ਸੇਵਾ
ਮਨੁੱਖਤਾ ਲਈ ਨਹੀਂ ਪੈਦਾ ਹੁੰਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਜਕੜੇ ਰਹਿੰਦੇ ਹੋ, ਉੱਤੋਂ ਆਪਣਾ ਬਾਣਾ ਸੰਤਾਂ ਮਹਾਤਮਾ ਵਰਗਾ ਪਾ ਲੈਂਦੇ ਹੋ ਤਾਂ ਉਹ ਵੀ ਪਖੰਡ ਹੈ। ਜਗਤ ਜੋਤ ਜਪੈ ਨਿਸਵਾਸਰ, ਟੇਕ ਬਿਨਾ ਮਨ ਨੇਕ ਨਾਨੈ। ਉਹਨਾਂ ਦਾ ਇੱਕ ਦੇਸ਼ ਨਹੀਂ ਸੀ। ਸੂਰਜ ਚੜ੍ਹਦੇ ਤੋਂ ਲਹਿੰਦੇ ਤੱਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਹਨਾਂ ਦੇ ਸੀ। ਉਹ ਖਾਲੀ ਦੇਸ਼ ਭਗਤ ਨਹੀਂ ਸੀ, ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ। ਉਹਨਾਂ ਲਈ ਜਾਤ ਪਾਤ, ਊਚ ਨੀਚ, ਮਜ਼ਹਬ, ਧਰਮ, ਕੌਮ, ਹਦਾਂ ਸਰਹੰਦਾਂ ਦੀ ਕੋਈ ਅਹਿਮੀਅਤ ਨਹੀਂ ਸੀ। ਉਹਨਾਂ ਦੇ ਇਨਸਾਨਾਂ ਅਤੇ ਇਨਸਾਨੀਅਤ ਨਾਲ ਪਿਆਰ ਕੀਤਾ ਸੀ। ਇਹ ਸੱਚ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਿਉਂਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀਂ ਕਰ ਸਕੇ, ਪਰ ਨੀਹਾਂ ਇਤਨੀਆਂ ਮਜ਼ਬੂਤ ਕਰ ਗਏ ਕਿ ਅੱਜ ਤੱਕ ਕੋਈ ਹਿਲਾ ਨਹੀਂ ਸਕਿਆ। ਗੱਲ ਸੰਸਾਰਕ ਵਡਿਆਈ ਦੀ ਨਹੀਂ, ਉਹਨਾਂ ਦੇ ਆਦਰਸ਼ ਦੀ, ਨਿਸ਼ਾਨੇ ਅਤੇ ਸੂਝਬੂਝ ਦੀ ਹੈ। ਗੁਰੂ ਸਾਹਿਬ ਦੀ ਜਦੋਂ ਜਹਿਦ ਵਿੱਚੋਂ ਜੋ ਨਤੀਜੇ ਉਤਪੰਨ ਹੋਏ, ਉਹਨਾਂ ਦੇ ਦੁਨੀਆ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਫਿਲੋਸਫਰਾਂ ਅਤੇ ਧਾਰਮਿਕ ਹਸਤੀਆਂ ਨੂੰ ਚਕਾਚੌਂਧ ਕਰਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇੱਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੌਮ ਦੀ ਸਦਾ ਅਗਵਾਈ ਕਰਦਾ ਹੈ ਅਤੇ ਕਰਦਾ ਰਹੇਗਾ। ਉਹਨਾਂ ਦੀ ਸਜਾਈ ਕੌਮ ਦੇਸ਼ ਦੀ ਅਤੇ ਦੁਨੀਆ ਦੀ ਅਗਵਾਈ ਕਰ ਸਕਦੀ ਹੈ, ਕਿਉਂਕਿ ਜੋ ਸੰਸਕਾਰ ਅਤੇ ਆਦਰਸ਼ ਗੁਰੂ ਸਾਹਿਬ ਨੇ ਸਿੱਖੀ ਨੂੰ ਦਿੱਤੇ ਹਨ, ਦੁਨੀਆ ਵਿੱਚ ਉਸਦਾ ਕੋਈ ਤੋਲ ਮੋਲ ਨਹੀਂ। ਬਸਰਤ ਅੱਜ ਦੇ ਭਟਕਦੇ ਹੋਏ ਸਿੱਖ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਮੁੜ ਜੁੜ ਜਾਣ। ਸੋ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ, ਖਾਲਸਾ ਜੀ ਪ੍ਰਵਾਨ ਕਰਨੀਆਂ। ਸੋ ਦਾਸ, ਇੰਨੀਆਂ ਬੇਨਤੀਆਂ ਕਰਦੇ ਹੋਏ ਇੱਥੇ ਖਿਮਾ ਦਾ ਜਾਚਕ ਹੈ। ਸੋ ਭੁੱਲ ਚੁੱਕ, ਅੱਖਰ ਵਾਧਾ ਘਾਟਾ ਮਾਫ ਕਰਨਾ। ਸੋ ਇਸੇ ਹੀ ਤਰ੍ਹਾਂ ਆਪ ਜੀ ਦੇ ਸਨਮੁੱਖ ਫਿਰ ਕੁਝ ਇਤਿਹਾਸਿਕ ਪੰਨੇ ਲੈ ਕੇ ਦਾਸ ਹਾਜ਼ਰ ਹੋਵੇਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।